ਜਾ ਉੱਥੇ ਆਰਾਮ ਨਾਲ ਬੈਠਾ, ਉੱਠ ਕੇ ਕੜਾਈ ਚ ਪਾਣੀ ਪਾ, ਧਾਰ ਟੁੱਟਦੀ ਜਾਂਦੀ ਆ। ਲੈ ਓ ਮੱਲਾ ਲੈ, ਤੂੰ ਅੱਗ ਮਚਾ ਦੇ ਥੱਲੇ। ਓ ਖਿਆਲ ਨਾ ਖਿਆਲ ਨਾ। ਓਏ ਪਾਲਾ ਭੋਰਾ ਪਹਿਲੇ ਤੋੜਦੀ, ਉਹ ਸਵਾਦ ਹੀ ਦੇਖ ਲਈਏ ਇਹਦਾ ਵੀ। ਓ ਲੈ ਯਾਰ, ਤੈਨੂੰ ਪੀਣ ਦੀ ਪਈ ਰਹਿੰਦੀ ਹੈ, ਹੈਂ? ਲੈ ਫਿਰ ਪੀ ਕੇ ਦੱਸ ਕਿੱਦਾਂ ਦੀ ਨਿਕਲੀ ਹੈ। ਓ ਸੌਰੀ ਦਾ ਰਾਮੂ ਵੀ ਨਹੀਂ ਆਇਆ ਮੁਰਗਾ ਲੈ ਕੇ। ਓਏ ਪੀਲਾ ਭੋਰਾ ਤੇ ਜਗਿੰਦਰ ਬਾਈ ਨੂੰ ਵੀ ਪਿਆ ਬਣਾਉਣੇ ਆ ਬਾਂਦੇ ਦੇ ਪੋਤੇ ਇਹਨਾਂ ਨੂੰ। ਜੰਟਾ ਕਿਉਂ ਚੱਕੂ, ਤੈਨੂੰ ਚੱਕਾਂਗੇ ਅਸੀਂ। ਹਾਂਜੀ ਹਾਂਜੀ। ਲੱਭੂ ਰਾਮਾ, ਇਹ ਮੈਂ ਕੀ ਦੇਖ ਰਿਹਾ? ਜਨਾਬ, ਬੰਦਾ ਗਾਂਧੀ ਜੀ ਦਾ ਵਾਸਤਾ ਦੇ ਰਿਹਾ। ਗਾਂਧੀ ਜੀ ਅੱਗੇ ਤਾਂ ਅੰਗਰੇਜ਼ ਨਹੀਂ ਕੁਸਕੇ। ਉਹ ਫੇਰ ਆਪਾਂ ਕਿਸ ਬਾਗ ਦੀ ਮੁੜੀ ਆ। ਵੈਸੇ ਜਨਾਬ, ਫੜਿਆ ਇਹਨੂੰ ਆਪਾਂ ਰੰਗੇ ਹੱਥੀ ਆ। ਹਾਲੇ ਫੜਿਆ ਕਿੱਥੇ ਆ ਜਨਾਬ, ਹਾਲੇ ਤਾਂ ਫੜਨਾ। ਨਾਲੇ ਗਾਂਧੀ ਜੀ ਨੇ ਤਾਂ ਸਾਡੀ ਸੁਲਾ ਸਫਾਈ ਕਰਾਤੀ, ਤੁਸੀਂ ਕਿਸੇ ਹੋਰ ਨੂੰ ਵੀ ਫੜ ਸਕਦੇ ਹੋ। ਚੱਲ ਉੱਠ ਫਿਰ, ਭੱਜ, ਚੱਲ ਭੱਜ, ਅਮਲੀ ਸਾਰੀ ਉਮਰ ਮਰੋੜਿਆਂ ਨੂੰ ਤਰਸਦਾ ਮਰ ਜਾਂਦਾ। ਚਲੋ ਥਾਣੇ। ਸ਼ੀਸ਼ਾ ਤਿੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਓਏ ਕਿਹਨੂੰ ਫੜ ਲਿਆ ਪਤੰਦਰੋ? ਉਹ ਤੈਨੂੰ, ਦਾਰੂ ਕੱਢਦੇ ਨੂੰ ਰੰਗੇ ਹੱਥੀ। ਹੈਂ? ਅੱਛਾ, ਇਹਨੂੰ ਦਾਰੂ ਕੱਢਣਾ ਕਹਿੰਦੇ ਆ? ਮੈਂ ਤਾਂ ਘੰਟੇ ਦਾ ਕੁਝ ਹੋਰ ਏ ਕੱਢਣ ਨੂੰ ਮਿਲ ਹੀ ਜਾਂਦਾ ਸੀ। ਤੂੰ ਥਾਣੇ ਤਾਂ ਚੱਲ, ਵੇਖ ਅਸੀਂ ਤੇਰਾ ਕੀ ਕੀ ਕੱਢਦੇ ਆ। ਪਹਿਲਾਂ ਮੋਟਰ ਤੇ ਬਹਿ ਕੇ ਦਾਰੂ ਕੱਢਦੇ ਹੋ ਤੇ ਜਦੋਂ ਫੜ ਲਈਏ ਫਿਰ ਝੂਠੀ ਮੂਠੀ ਦੇ ਬਹਾਨੇ ਕੱਢਦੇ ਹੋ। ਬਹਾਨੇ? ਓਏ ਮੋਤੀਆਂ ਵਾਲਿਓ, ਅਸੀਂ ਤਾਂ ਢੋਲੇ ਦੀਆਂ ਲਾਉਣੇ ਆ, ਮਹੀਨੇ ਮੱਸਿਆ ਨਹਾਉਣੇ ਆ। ਨਾਲੇ ਉਹ ਤਾਂ ਮੱਗਰ ਸਿਉਂਕੀ ਮੋਟਰ ਆ, ਮੈਂ ਉੱਥੇ ਬਣੇਵੇਂ ਲੈਣ ਜਾਣਾ ਸੀ। ਤੂੰ ਥਾਣੇ ਤਾਂ ਚੱਲ, ਬਣੇਵੇਂ ਤਾਂ ਤੈਨੂੰ ਉੱਥੇ ਚੁਕਾਉਣੇ ਆ। ਓਏ ਕੰਮ ਕਰੋ, ਮੈਂ ਥਾਣੇ ਵਾਲਿਆਂ ਦੀ ਮਕਾਨ ਨਹੀਂ ਜਾਂਦਾ। ਤੇਰੇ ਜਾ ਕੇ ਜਦੋਂ ਫੇਰ ਨਾ ਘੋਟਣਾ ਥਾਣੇ ਚ, ਮਕਾਨ ਤਾਂ ਤੇਰੀ ਉੱਥੇ ਪਹੁੰਚੂ। ਇੱਕ ਮਿੰਟ ਗੌਰਮੈਂਟ ਜੀ, ਉਹ ਵੇਖੋ ਸਾਹਮਣੇ ਮੱਗਰ ਕਾ ਪਈਆ, ਉਹ ਵੇਖੋ ਸਾਈਕਲ ਤੇ ਆ ਰਿਹਾ, ਭਾਵੇਂ ਉਹਨੂੰ ਪੁੱਛੋ। ਕਿਹੜਾ? ਦੂਜਾ ਕੰਮ ਬੋਤਲਾਂ ਦੀ ਦਾਤ ਪਤਨੀ, ਮੁਜਰਮਾਂ ਦਾ ਇੱਕ ਹੋਰ ਸਾਥੀ। ਹੋ ਤੀਜਾ ਕੰਮ ਲੈਣੀ ਆਪ ਮੁੱਲ ਦਾ ਲੜਾਈ, ਕੋਈ ਆਣ ਕੇ ਮਾਈ। ਹੈਂਡਸ ਅਪ। ਜਨਾਬ, ਤੁਸੀਂ ਹੱਥ ਖਰੀ ਕਰਨ ਨੂੰ ਕਿਹਾ ਹੈਗਾ ਸੀ, ਮੈਂ ਕਦੀ ਹੱਥ ਸਾਜ ਕੇ ਸਾਈਕਲ ਨਹੀਂ ਚਲਾਈ ਹੈਗਾ। ਤੂੰ ਸਾਈਕਲ ਸਟੈਂਡ ਤੇ ਲਾ ਕੇ ਹੱਥ ਖੜੇ ਨਹੀਂ ਕਰ ਸਕਦਾ ਸੀ? ਓਏ ਹੌਲਦਾਰ ਖੜਕ ਸਿੰਘ ਜੀ, ਖੜਕਾ ਕੇ ਧਰਤੇ। ਓ ਲੱਭੂ ਰਾਮਾ, ਤਮੀਜ਼ ਨਾਲ। ਲੋਕਾਂ ਦਾ ਕਦੇ ਸਹੀ ਬੰਦਾ ਨਾ ਫੜਿਓ। ਤੂੰ ਕਿੱਧਰ ਮੂੰਹ ਚੁੱਕਿਆ ਹੋਏ ਨਾ? ਹੁਣ ਤੁਸੀਂ ਕੀ ਮੇਰੇ ਗੱਲ ਫੀ ਪਾਉਣੀ ਆ, ਜਦੋਂ ਬੰਦਾ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਸਰਦਾਰ ਹੁਣੀ ਦਾਰੂ ਕੱਢਦੇ ਸੀ। ਚੱਲ ਚੱਲ ਬੈਠ ਗੱਡੀ ਚ। ਮੈਨੂੰ ਤਾਂ ਪੁਲਿਸ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਜਦੋਂ ਲੈ ਕੇ ਜਾਂਦੇ ਆ ਮਾਨ ਨਾਲ ਜੀਪ 'ਚ ਚਾੜ ਕੇ ਲੈ ਕੇ ਜਾਂਦੇ ਆ, ਤੇ ਜਿੱਦਣ ਛੱਡਦੇ ਆ ਉਦੋਂ ਜੇਬ 'ਚ ਰਿਕਸ਼ਾ ਜੋਗਾ ਕਿਰਾਇਆ ਵੀ ਨਹੀਂ ਛੱਡਦੇ। ਤੂੰ ਸੱਚ ਬੋਲਦੀ ਹੈਗੀ ਸਰਦਾਰ ਜੀ। ਉਹ ਤੂੰ ਚੁੱਪ ਕਰਕੇ ਸ਼ਾਂਤੀ ਨਾਲ ਬਹਿ ਜਾ। ਸ਼ਾਂਤੀ ਤੇ ਘਰ ਹੈਗੀ। ਆ ਗਵਰਨਮੈਂਟ ਜੀ, ਲੈ ਕੇ ਤਾਂ ਚੱਲੇ ਹੋ, ਇੱਕ ਵਾਰੀ ਸੋਚ ਲਓ ਦੁਬਾਰਾ। ਕੀ ਸੋਚ ਲਈ ਓਏ? ਆਹੀ ਕਿ ਮੁਲਜ਼ਮ ਤਾਂ ਤੁਹਾਡੇ ਸਾਹਮਣੇ ਬੈਠਾ, ਇਹਦੇ ਚਾਰ ਪਟੇ ਪੈਣੇ ਆ ਨੇ, ਕੱਲੇ ਕੱਲੇ ਦਾ ਨਾਂ ਦੱਸ ਦੇਣਾ ਮੈਨੂੰ ਤੁਸੀਂ, ਧੀਏ ਤੁਹਾਨੂੰ ਨਾਲ ਐਵੇਂ ਘੜੀਸੀ ਜਾਂਦੇ ਹੋ। ਮੇਰੇ ਕਿਉਂ ਪਟੇ ਪੈਣੀ ਹੈਗੀ? ਪਟੇ ਪੈਣੀ ਹੈਗੀ ਤੇਰੇ, ਜਿਹਨੂੰ ਦਾਰੂ ਕਾਰਜੇ ਨੂੰ ਫੜਿਆ ਹੈਗੀ। ਓਏ ਤੂੰ ਬਹੁਤਾ ਚਬੜ ਚਬੜ ਨਾ ਕਰੋ, ਮੈਂ ਸਾਲੇ ਦੇ ਰੈਪਟਾ ਮਾਰੂ ਕੰਨ ਦੀ ਜੜ ਤੇ। ਮੈਂ ਕੀ ਰੈਪਟਾ ਮਾਰ ਨਹੀਂ ਸਕਦੀ, ਮੇਰੇ ਚੂੜੀਆਂ ਪਾਈਆ। ਖੜੋ, ਤੇਰੀ ਚੌਲ ਖਾਣੀ ਜਾਂਦੇ, ਤੇਰੇ ਤਾਂ ਸਾਲਿਆ ਮੈਂ ਪਹਿਲਾਂ ਚੂੜੀਆਂ ਚੜਾਵਾਂ, ਤੇਰੇ ਤਾਂ ਚੜਾਵਾਂ। ਜਨਾਬ, ਆ ਦੋ ਬੰਦੇ ਆਏ ਜੀ ਉੜਕੇ। ਕੀ ਨਾਂ ਤੇਰਾ? ਆ ਮੋਤੀਆਂ ਵਾਲੇ ਪਿੰਡ 'ਚ ਦੋਏ ਤਾਂ ਬੰਦੇ ਮਸ਼ਹੂਰ ਨੇ, ਆ ਸਰਪੰਚ ਵਿਕਰ ਸਿੰਘ ਤੇ ਅਮਲੀ ਕਿੱਕਰ ਸਿੰਘ। ਮੇਰਾ ਨਾਂ ਹੈਗੀ ਰਾਮ ਸਿੰਘ ਗਿੱਲੀ। ਗਿੱਲ ਹੁੰਦਾ ਓਏ? ਉਹ ਅੱਜ ਕੱਲ੍ਹ ਚੋਨਾ ਲਗਾਉਂਦੀ ਹੈਗੀ ਬੈਠ ਕੇ, ਉਹ ਕਬਰਾ ਗਿੱਲਾ ਹੋ ਜਾਂਦੀ ਹੈਗੀ ਪਿੱਛੋਂ।
ਪਾਓ ਇਹਨਾਂ ਨੂੰ ਹਵਾ ਲਾ ਚ ਸੁੱਕਣੇ। ਜੀ ਜਨਾਬ। ਮੈਂ ਚੱਲਿਆ ਮਿਨਿਸਟਰ ਸਾਹਿਬ ਦੀ ਕਾਰ ਤੇ। ਜੀ ਜਨਾਬ। ਪਿੱਛੋਂ ਖਿਆਲ ਰੱਖਿਓ ਥਾਣੇ ਦਾ। ਜੀ ਜਨਾਬ। ਚਲੋ ਲਵਾਤੀਆਂ ਗੋਡਣੀਆਂ ਤੁਸਾਂ ਦੀਆਂ ਤੇ ਹੁਣ ਗੋਡਣੀਆਂ ਲਵਾਈਆਂ ਨੇ, ਸਾਨੂੰ ਤੇ ਸੁਬਾ ਦਾ ਗੋਡਿਆਂ ਪਾਰ ਕਰ ਛੱਡਿਆ ਨਾ। ਆ ਗੋਡਿਆਂ ਭਾਰ ਤਾਂ ਜਮ ਜਮ ਬੈਠ, ਪਰ ਬੈਠਣ ਲੱਗੇ ਨੇ ਥਾਂ ਥਾਂ ਤਾਂ ਦੇਖ ਲੈਣੀ ਸੀ, ਆ ਥੱਲੇ ਪਾਣੀ ਤੇ ਚੜਾ ਲਈ ਬੈਠਾ। ਪਾਣੀ ਨੂੰ ਹੱਥ ਤੇ ਲਗਾ ਲਿਆ, ਠੀਕ ਹੈ ਚੱਖ ਮਤ ਲੈਣਾ। ਕਿਉਂ ਪਾਣੀ ਨੂੰ ਕਿਉਂ ਨੀ ਚੱਖਣੀ ਹੈਗੀ? ਇਹ ਲੂਣ ਵਾਲਾ ਪਾਣੀ ਹੈ ਨਾ। ਲੂਣ ਵਾਲਾ ਪਾਣੀ? ਕੀ ਗੱਲ, ਥੱਲੇ ਸ਼ਿਕੰਜ ਵੀ ਡੋਲੀ ਬੈਠਾ? ਸ਼ਿਕੰਜ ਵੀ ਨਹੀਂ, ਕਈ ਸਮਝਾਵਾਂ ਬਰਾਵੋ, ਇਹ ਲੂਣ ਵਾਲਾ ਪਾਣੀ। ਮਹਾਰਾਜ ਸਾਲੇ ਬਾਂਦਰ ਜੇ ਦੇ ਰੱਖ ਕੇ ਮੂੰਹ ਤੇ ਚਪੇੜ, ਪਹਿਲਾਂ ਦੀ ਬਕਵਾਸ ਕਰ ਸਕਦਾ ਸੀ, ਆ ਗੰਦ 'ਚ ਹੱਥ ਪੁਆ ਕੇ ਧਰਤਾ। ਹਾਲੇ ਤੇ ਹੋਰ ਗੰਦ ਪੈਣਾ ਹੈ। ਕਿਉਂ, ਹਾਲੇ ਹੋਰ ਕਿਉਂ ਗੰਦ ਪੈਣੀ ਹੈਗੀ? ਤੁਸਾਂ ਦਾ ਯੋਗਦਾਨ ਨਹੀਂ ਪਏਗਾ ਉਸ ਵਿੱਚ। ਨਾ ਤੂੰ ਚੀਜ਼ ਕੀ ਆ ਓਏ? ਆਸਾਂ ਦਾ ਨਾਮ ਹੈ ਸ਼ਰਨਜੀਤ ਸਿੰਘ ਸ਼ੈੜੀ। ਅੱਛਾ ਸ਼ੰਟੂ। ਨਾ ਤੈਨੂੰ ਹੋਰ ਕੋਈ ਨਾਂ ਹੀ ਨਹੀਂ ਲੱਭਿਆ ਰੱਖਣ ਨੂੰ? ਚੱਲ ਇਹ ਤਾਂ ਪਤਾ ਲੱਗ ਗਿਆ ਤੂੰ ਸ਼ੰਟੂ ਆ, ਪਰ ਉਹ ਕੀ ਸ਼ਹਿ ਆ? ਸਾਲਾ ਕੁੱਕੜ ਖੰਭ ਜਿਹਾ। ਧੀਰੇ ਬੋਲ, ਧੀਰੇ ਬੋਲ। ਇਹੀ ਏ ਜਿਹਨੇ ਸ਼ਿਕੰਜ ਵੀ ਬਣਾਈ ਏ। ਬਹੁਤ ਬਦਮਾਸ਼ ਬੰਦਾ ਏ, ਜਦੋਂ ਗੋਰੀ ਵੱਟ ਕੇ ਤੱਕਦਾ ਏ ਨਾ, ਅਸਾਂ ਦਾ ਤਰਾ ਨਿਕਲ ਜਾਂਦਾ ਏ। ਤੂੰ ਕਿਉਂ ਨੀ ਵੱਟਦਾ ਗੁਰੀ ਇਹਦੇ ਵੱਲ? ਅਸਾਂ ਨੇ ਵੱਟੀ ਸੀ ਗੁਰੀ ਤੁਸਾਂ ਦੇ ਆਉਣ ਤੋਂ ਪਹਿਲਾਂ। ਤੇ ਫੇਰ ਉਸਨੇ ਮੇਰੇ ਵੱਲ ਗੁਰੀ ਵੱਟੀ, ਮੈਂ ਉਸ ਵੱਲ ਗੁਰੀ ਵੱਟੀ, ਫੇਰ ਕੀ ਹੋਇਆ? ਤੇ ਅਸਾਂ ਦਾ ਤਰਾ ਨਿਕਲ ਗਿਆ ਏ। ਚਲੋ ਹੈ ਤੇ ਦਰਖਤੀ ਨਾ, ਚਲੋ ਜਾਣੇ ਤਾਂ ਛੱਡ। ਤੂੰ ਦੱਸ ਇੱਥੇ ਕਿੱਦਾਂ ਆਈ? ਭਰਾਵਾ ਅਸਾਂ ਦੀ ਬਹੁਤ ਲੰਬੀ ਕਹਾਣੀ ਹੈ। ਅਸਾਂ ਨੂੰ ਅਸਾਂ ਦੀ ਜਾਈ ਨੇ ਭੇਜਿਆ ਕਿ ਸ਼ੈਂਡੀ ਪੁੱਤਰ ਜਾ ਕੇ ਮਾਰਕੀਟ ਦੇ ਵਿੱਚੋਂ ਤੂੰ ਦਹੀਂ ਲੈ ਕੇ ਆਪਣੇ ਦਾਰਜੀ ਦੇ ਲਈ ਪੂਰੇ ਚਾਰ ਆਨੇ ਦਾ। ਮੈਂ ਦਹੀਂ ਲੈਣ ਚੱਲਿਆ ਗਿਆ, ਰਸਤੇ ਦੇ ਵਿੱਚ ਜਾਂਦਾ ਪਿਆ ਸਾਂ, ਅਸਾਂ ਨੂੰ ਉਸਦਾ ਫਰੈਂਡ ਮਿਲ ਗਿਆ, ਦੋਸਤ, ਪੱਕਾ ਦੋਸਤ ਗੋਲੂ। ਗੋਲੂ ਮੈਨੂੰ ਕਹਿੰਦਾ, ਸ਼ੈਂਟੀ ਭਰਾ ਮੈਂ ਬੜੀ ਮੁਸੀਬਤ ਵਿੱਚ ਹੈਗਾ, ਮੇਰੇ ਦਾਰ ਜੀ ਮੈਨੂੰ ਖਰਚਾ ਨਹੀਂ ਦਿੰਦੇ ਪਏ, ਹੇ ਖਾਣਾ ਵੀ ਨਹੀਂ, ਇੱਕ ਪੈਸਾ ਵੀ ਨਹੀਂ ਦਿੰਦੇ। ਮੈਂ ਕਿਹਾ ਫਿਰ ਕੀ ਕਰੀਏ? ਕਹਿੰਦਾ ਚੱਲ ਮੇਰੇ ਕੋਲ ਡਾਕਾ ਮਾਰਾਂਗੇ। ਪਾਲਿਆ ਡਾਕਾ ਬਾਹਰ ਮਾਰੀਦਾ, ਬਾਹਰ ਮਾਰੀਦਾ, ਘਰੇ ਚੋਰੀ ਕਰੀਦੀ ਆ। ਯਾਰ ਕੀ ਕਰਦੇ ਪਏ ਹੋ? ਘਰੇ ਦਾਰ ਜੀ ਮਾਰਦੇ ਤੇ ਤੁਸੀਂ ਮਾਰਦੇ ਪਏ ਹੋ, ਸਟੋਰੀ ਤੇ ਸੁਣ ਲਓ ਨਾ। ਚੱਲ ਸੁਣਾ ਸੁਣਾ। ਫਿਰ ਕੀ ਹੋਇਆ? ਮੈਂ ਕਿਹਾ ਚੱਲ ਦੋਸਤ ਕਦ ਕੰਮ ਆਉਣ ਗਈ, ਜਰਾਨਾ ਨਿਭਾਉਣ ਦਾ ਦਿਨ ਤੇ ਆਜੀਏ ਨਾ। ਅਸਾਂ ਨੇ ਗੋਲੂ ਦੇ ਘਰ ਵੱਲ ਆਪਣੀਆਂ ਬਹੀਰਾਂ ਗਾ ਦਿੱਤੀਆਂ, ਅੰਦਰ ਗਏ, ਤਾਲੇ ਨੂੰ ਹਲੇ ਹੱਥ ਲਗਾਇਆ ਸੀ ਕਿ ਉਸ ਤੇ ਦਾਰ ਜੀ ਉੱਠ ਖੜੇ, ਉੱਠ ਖਲੋਤੇ ਤੇ ਰੌਲਾ ਪਾ ਛੱਡਿਆ, ਚੋਰ ਚੋਰ ਚੋਰ। ਤੇ ਉਹਨਾਂ ਨੇ ਸੰਗੀ ਗੋਲੂ ਰਲ ਗਿਆ ਤੇ ਕਹਿਣ ਲੱਗਿਆ, ਚੋਰ ਚੋਰ ਚੋਰ। ਤੇ ਸ਼ੈਡੀ ਨੇ ਚੋਰ ਬਣਾ ਛੱਡਿਆ ਤੇ ਇੱਥੇ ਡੱਕ ਛੱਡਿਆ। ਯਾਰ ਚੰਟੂ, ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਆ ਯਾਰ, ਤੇਰੇ ਨਾਲ ਤਾਂ ਤੇਰਾ ਯਾਰ ਹੀ ਦਗਾ ਕਰ ਗਿਆ। ਬਿਲਕੁਲ, ਤੂੰ ਸਦਾ ਕੋਈ ਗੋਲੂ ਵਰਗਾ ਯਾਰ। ਯਾਰ ਪੁੱਛਦਾ, ਆ ਸਾਲਾ ਠੋਲੂ ਜਿਹਾ ਕਿਸੇ ਗੋਲੂ ਤੋਂ ਘੱਟ ਆ? ਕਿਉਂ, ਮੈਂ ਕੀ ਕੀਤੀ ਹੈਗੀ? ਹੋਰ ਮੈਂ ਕੀਤੀ ਆ, ਸਾਲਿਆ ਮੁਰਗਾ ਤੂੰ ਲੈ ਕੇ ਆਇਆ, ਦਾਰੂ ਤੇਰੇ ਸਰਦਾਰ ਕੱਢਦੇ ਸੀ ਤੇ ਤੀਏ ਥੋਂ ਰਗੜਿਆ ਮੈਂ ਗਿਆ, ਸਾਲੀ ਚੌਲ ਖਾਣੀ ਜਾਤ। ਮੈਂ ਪਹਿਲਾਂ ਵੀ ਕਿਹਾ ਸੀ ਕਾਸਟ ਕੀ ਬਾਤ ਨਹੀਂ ਕਰਨੀ। ਸਾਲਿਆ ਤੇਰੀ ਤਾਂ ਅੱਜ ਮੈਂ ਪਹਿਲਾਂ ਕੈਸਟ ਹੀ ਚਲਾਵਾਂ, ਸਮਝਿਆ ਕੀ ਆ? ਤੂੰ ਸਮਝਿਆ ਕੀ ਸਾਲਿਆ? ਮੇਰਾ ਨਾਮ ਹੈ ਸੀਡੀ, ਸੀਡੀ ਇੰਡਾ ਪੈਟ, ਦ ਬਿਗੇਸਟ ਪਾਇਰੇਟ ਆਫ ਮਿਊਜ਼ਿਕ ਇੰਡਸਟਰੀ। ਜੇ ਕਿਸੇ ਨੇ ਚੂ ਵੀ ਕੀਤੀ ਤਾਂ ਚੁੱਪੜ ਕੇ ਰੱਖ ਦਊਗਾ ਤੁਹਾਡੇ ਕਰਕੇ। ਜੇ ਮੇਰਾ ਹਵਾਲਾ ਚੋਂ ਭੱਜਣ ਦਾ ਪਲਾਨ ਨਾਕਾਮ ਹੋ ਗਿਆ ਤਾਂ ਇੱਥੇ ਤਣਾਅ ਦੀਆਂ ਨਦੀਆਂ ਵਗ ਜਾਣਗੀਆਂ, ਕਿਉਂਕਿ ਮੇਰਾ ਨਾਮ ਹੈ ਸੀਡੀ, ਸੀਡੀ ਇੱਟਾ ਪੱਟ। ਓਏ ਇੱਟਾ ਪੱਟ, ਹੁਣ ਤੇਰਾ ਟਾਈਮ ਖਤਮ, ਸਾਡਾ ਟਾਈਮ ਸ਼ੁਰੂ। ਉਸ ਦਿਨ ਤਾਂ ਭੱਜ ਗਿਆ ਸੀ ਨਾ, ਅੱਜ ਭੱਜ ਕੇ ਵਿਖਾ, ਅੱਜ ਥਾਣਾ ਵੀ ਖਾ ਲਈਏ। ਇਸ ਤੋਂ ਪਹਿਲਾਂ ਕਿ ਦਾਰੂ ਉਤਰੇ, ਫੜ ਲੈ ਇਹਨੂੰ, ਅੱਜ ਦਿਨੇ ਇਹਨੂੰ ਦੱਖੂ ਦਾਣਾ। ਹਾਂਜੀ ਆਹ
ਮੈਨੂੰ ਲੱਗਦਾ ਪਿਆ ਜੀਪ ਦਾ ਤਰਾ ਕੱਢਦਾ ਪਿਆ। ਓਏ ਜੀਪ ਦਾ ਤਰਾ ਨਹੀਂ ਕੱਢ ਰਿਹਾ, ਸੈਲਫ ਮਾਰ ਰਿਹਾ। ਮੈਨੂੰ ਲੱਗਦਾ ਜੀਪ ਸਟਾਰਟ ਨਹੀਂ ਹੋ ਰਹੀ। ਮੁੜੇ ਡਰਵਾਉਂਦਾ ਪਿਆ। ਚਲੋ ਅਸੀਂ ਨੀ ਭੱਜਣੀ ਹੈਗੀ ਤੇਰੇ ਨਾਲ। ਤੈਨੂੰ ਭੱਜਣ ਨੂੰ ਕੌਣ ਕਹਿ ਰਿਹਾ? ਜੀਪ ਨਹੀਂ ਸਟਾਰਟ ਹੋ ਰਹੀ, ਚਲੋ ਧੱਕਾ ਮਾਰਵਾ ਕੇ। ਧੱਕਾ ਲਓ, ਇਹ ਤੇ ਹੋਰ ਧੱਕਾ ਹੋ ਗਿਆ ਨਾ ਅਸਾਂ ਨਾਲ। ਚਲੋ ਯਾਰ ਚਲੋ। ਯਾਰ ਭਾਜੀ ਨੀ ਇਹਨੇ ਆਪ ਹੈਗੀ, ਤਾਗਾ ਸਾਡੇ ਤੋਂ ਲਵਾਉਂਦੀ ਹੈਗੀ। ਜੂ ਧੱਕਾ ਲਗਾ। ਚਲੋ ਏ ਧੱਕਾ ਮਾਰੋ। ਲਗਾਉਂਦੇ ਪਏ ਆ। ਤੁਹਾਡੇ ਜੰਮਣ ਵਾਲੀਆਂ ਦੇ ਕੀ ਗੱਲ ਹੋਈ ਬਰਾ? ਸਾਲੇ ਮੌਜਾਂ ਕਰਨ ਨੂੰ ਇੱਥੇ ਨਾਨਕੇ ਆਏ ਹੋਏ ਹੋ? ਓਏ ਆਪਾਂ ਥਾਣੇ ਚ ਬੈਠੇ ਆ, ਥਾਣੇ ਚ। ਓ ਵੇਰੀ ਸੋਰੀ, ਮੈਂ ਤੇ ਭੁੱਲ ਹੀ ਗਿਆ ਸੀ ਕਿ ਅਸੀਂ ਤੇ ਪੁਲਿਸ ਸਟੇਸ਼ਨ ਦੇ ਵਿੱਚ ਹੈਗੇ ਆ। ਬਰਾਵੋ, ਪਤਾ ਕੀ ਗੱਲ ਹੋਈ? ਮੇਰੀ ਜਾਈ ਨੇ ਮੈਨੂੰ ਬੁਲਾਇਆ, ਕਹਿੰਦੀ ਸ਼ੈਡੀ ਪੁੱਤਰ ਇਧਰ ਆ, ਮਾਰਕੀਟ ਜਾ ਤੇ ਆਪਣੇ ਦਾਰਜੀ ਦੇ ਲਈ ਦਹੀਂ ਲੈ ਕੇ ਆ ਚਾਰ ਆਨੇ ਦਾ। ਓ ਯਾਰ, ਤੂੰ ਇਹਨਾਂ ਕਾ ਕੱਲ ਹੀ ਚੱਕੀ ਫਿਰਦੀ ਹੈਗਾ? ਪਾਗਲ ਸਮਝਾਈ ਮੈਨੂੰ, ਏਟੀਐਮ ਰੱਖੀ ਦਾ ਏਟੀਐਮ ਇਹ ਕੀ ਹੁੰਦੀ ਹੈਗਾ? ਯਾਰ ਏਟੀਐਮ ਹੁੰਦਾ ਔਖੇ ਟਾਈਮ ਮਿਹਨਤ, ਯਾਨੀ ਕਿ ਤਰਲਾ। ਹੁਣ ਜੇ ਕੰਮ ਦੀ ਗੱਲ ਸੁਣਨੀ ਆ ਤਾਂ ਕੰਨ ਇਧਰ ਨੂੰ ਕਰ ਲਾ। ਭਰਾਵੋ, ਗੱਲ ਇਹ ਹੈ ਕਿ ਇਸ ਵੇਲੇ ਆਪਾਂ ਹੈਗੇ ਥਾਣੇ ਚ ਇਕੱਲੇ, ਤੇ ਜੇ ਇਥੋਂ ਖਿਸਕਣਾ ਤਾਂ ਸਾਨੂੰ ਦਲ ਬਣਾਉਣਾ ਚਾਹੀਦਾ, ਯਾਨੀ ਕਿ ਸੰਤਰਾ ਦਲ। ਮਤਲਬ ਸਮਝਾਓ ਨਾ। ਯਾਰ ਮਤਲਬ ਵੀ ਸਮਝਾਉਣਾ, ਜਿਵੇਂ ਸੰਤਰੇ ਦੀਆਂ ਫਾੜੀਆਂ ਅੰਦਰੋਂ ਅਲੱਗ ਅਲੱਗ ਹੁੰਦੀਆਂ ਤੇ ਬਾਹਰੋਂ ਦੇਖਣ ਨੂੰ ਸੰਤਰਾ ਇੱਕ ਲੱਗਦਾ, ਭਾਵੇਂ ਸੰਤਰੇ ਦੀਆਂ ਫਾੜੀਆਂ ਵਾਂਗੂ ਸਾਡੇ ਵਿਚਾਰ ਅਲੱਗ ਅਲੱਗ ਨੇ, ਸਾਨੂੰ ਵੀ ਬਾਹਰੋਂ ਇੱਕ ਦੇਖਣਾ ਚਾਹੀਦਾ। ਇੱਕ ਉਂਗਲੀ ਅਨੇਕ ਉਂਗਲੀ, ਬਣ ਗਿਆ ਮੁੱਠੀ, ਬਣ ਗਿਆ ਤਾਕਤ। ਹੁਣ ਤੂੰ ਬਹੁਤਾ ਨਾ ਬੁੱਕ, ਜੇ ਇਥੋਂ ਖਿਸਕਣਾ ਤੇ ਅੱਡੀਆਂ ਨੂੰ ਲਾ ਲਓ ਥੁੱਕ। ਇੱਕ ਮਿੰਟ, ਮੈਂ ਹੁਣੇ ਆਈ ਹੈਗਾ। ਉਹ ਹੁਣ ਇਹ ਕਿਧਰ ਗਿਆ ਬਰਾ ਜੀ? ਜੇ ਪੁਲਿਸ ਵਾਲੇ ਜਾਗ ਪਏ ਜਾਂ ਹੋਸ਼ ਵਿੱਚ ਆ ਗਏ ਤਾਂ ਅਸੀਂ ਤਾਂ ਦੌੜੀ ਲਾ ਸਿੱਟਣਗੇ ਨਾ। ਇੱਕ ਮਿੰਟ ਹੈ ਕੀ ਹੈ? ਵਧੀ ਵਧੀ ਸਮੈਲ ਆਉਂਦੀ ਪਈ ਹੈ। ਉਹ ਕਿਤੇ ਸਾਲਾ ਪੁਲਿਸ ਵਾਲਿਆਂ ਦਾ ਤਰਾ ਤਾਂ ਨਹੀਂ ਚੱਕ ਲਿਆ? ਇਹ ਤਰਾ ਨਹੀਂ ਹੈਗੀ, ਇਹ ਦਾਰੂ ਹੈਗੀ, ਦਾਰੂ। ਪੁਲਿਸ ਲੋਕਾਂ ਦਾ ਦਾਰੂ ਚੱਕਦੀ ਹੈਗੀ। ਅੱਜ ਰਾਮੂ ਨੇ ਪੁਲਿਸ ਵਾਲਿਆਂ ਦਾ ਦਾਰੂ ਚੱਕ ਲਿਆ। ਸਰਦਾਰ ਜੀ, ਜਿਵੇਂ ਰੋਜ਼ ਦਾਰੂ ਪੀ ਕੇ ਬਕਰੇ ਬੁਲਾਉਂਦੀ ਹੈਗੀ, ਅੱਜ ਅਸੀਂ ਵੀ ਆਪਣੀ ਮੇਮਣੀ ਬੁਲਾਵਾਂਗੇ। ਓਏ ਤੁਸੀਂ ਬੁਲਾਓ ਮੇਮਣੀ, ਮੈਂ ਸਿੱਟਦਾ ਅੰਦਰ ਫੀਲ ਦਾ ਗੋਲਾ, ਫਿਰ ਦੇਖਿਓ ਅਮਲੀ ਕਿੱਦਾਂ ਬਣਦਾ। ਅੱਜ ਬੱਕਰੀ ਗੁੱਲਾਂ ਤੇ ਆ ਤੇ ਕਾਟੋ ਫੁੱਲਾਂ ਤੇ ਆ। ਓਏ ਸ਼ਰਾਫਤ ਦਾ ਤੇ ਅੱਜ ਕੱਲ ਜ਼ਮਾਨਾ ਹੀ ਨਹੀਂ ਰਿਹਾ, ਜਿੰਨੀ ਪੁੱਛ ਪੁੱਛ ਕਰੋ ਮੇਰੇ ਸਾਲੇ ਦੇ ਓਨਾ ਹੀ ਸਿਰ ਤੇ ਚੜਦੇ ਆ। ਓਏ ਅੱਜ ਫਿਰਦੇ ਆ ਤੁਹਾਡੇ ਪਤੰਦਰ ਸ਼ਰਿਆਂ ਵਿੱਚੇ, ਓ ਫੜ ਲਓ ਜਿਹਨੇ ਫੜਨਾ। ਡਰਾ ਮੁੰਡੇ ਕੁੜੀਆ, ਕਿੱਦਾਂ ਪਤਾ ਹੈ? ਨੱਚ ਨੱਚ ਖੁਸ਼ੀ ਮਨਾਉਂਦੇ, ਗੀਤ ਖੁਸ਼ੀ ਦੱਸਦਾ ਤਾਂ ਮੁੰਡਿਆਂ ਤੇ ਕੁੜੀਆਂ ਦਾ ਗੱਲ ਬਣ ਗਿਆ, ਉਹ ਗੱਲ ਬਣ ਗਿਆ ਕਲਰ ਗਿਆ ਉਹ ਮੁੰਡਿਆਂ ਤੇ ਕੁੜੀਆਂ ਦਾ। ਓਏ ਧੱਕਾ ਮਾਰੋ, ਸੁਣਿਆ ਨਹੀਂ? ਮੈਂ ਤੈਨੂੰ ਕਿਹਾ ਧੱਕਾ ਮਾਰੋ। ਓ ਤੂੰ ਸਾਡੀ ਸਰਦਾਰ ਹੈਗੀ, ਜਿਹੜੀ ਰੋਬ ਚਾੜਦੀ ਹੈਗੀ ਸਾਡੇ ਤੇ, ਜਾ ਸੀ ਲਾਉਂਦੇ ਕੀ ਧੱਕਾ। ਓਏ ਤੁਸੀਂ ਮੈਨੂੰ ਜਾਣਦੇ ਨਹੀਂ? Myself, the biggest pirate of music industry, CD ਇੱਟਾਪੱਟ। ਓਏ ਜੇ ਤੂੰ ਇੱਟਾਪੱਟ ਆ ਤਾਂ ਅਸੀਂ ਤਿੰਨੋਂ ਖੌਰੂ ਪੱਟ ਆ। ਤਿੰਨੋਂ ਗਦੇ ਲੱਗਦੇ ਆ, ਚਲੋ ਔਖੇ ਵੇਲੇ ਗਦੇ ਨੂੰ ਪਿਓ ਬਣਾਉਣਾ ਹੀ ਪੈਂਦਾ। ਭਾਈ ਸਾਹਿਬ, ਤੁਸੀਂ ਤਾਂ ਐਵੇਂ ਨਾਰਾਜ਼ ਹੋ ਗਏ ਹੋ? ਇਹ ਗੱਡੀ ਤਾਂ ਤੁਹਾਡੀ ਫੈਨ ਹੈ, ਕਹਿੰਦੀ ਤੁਹਾਡੇ ਤੋਂ ਬਗੈਰ ਇੱਕ ਵੀ ਪੈਰ ਨਹੀਂ ਪਟਣਾ। ਭਾਈ ਸਾਹਿਬ, ਯੂ ਆਰ ਰੋਂਗ। ਬਰਾ ਜੀ ਇਹਨੇ ਕਿਹਾ ਹੋਣਾ ਮੈਂ ਇੱਕ ਟਾਇਰ ਨਹੀਂ ਪੁੱਟਣਾ। ਟਾਇਰ ਬਿਲਕੁਲ ਸਹੀ ਗਿਆ। ਸਾਲੇ ਕਸਰ ਮਸਰ ਕੀ ਕਰੀਏ। ਹਾਂ ਆਪਣੇ ਬੀੜੀ ਭਾਜੀ। ਓਏ ਬੀੜੀ ਨਹੀਂ, ਸੀੜੀ। ਚਲੋ ਜੋ ਵੀ ਆ, ਜੇ ਤੁਸੀਂ ਕਹਿੰਦੇ ਹੋ ਤਾਂ ਅੱਜ ਅਸੀਂ ਇੱਕ ਵਾਰੀ ਫੇਰ ਧੱਕਾ ਮਾਰ ਦਿੰਦੇ ਆ, ਪਰ ਸਾਨੂੰ ਆ ਕੈਂਚੀਆਂ ਤੱਕ ਲਾਉਣਾ ਪਊਗਾ। ਕਮਾਲ ਕਰਦੇ ਹੋ ਯਾਰ, ਇਹ ਤਾਂ ਗੱਡੀ ਤੁਹਾਡੀ। ਚਲੋ ਸ਼ੰਟੂ ਰਾਮੂ, ਇੱਕ ਵਾਰੀ ਫੇਰ ਲਾ ਦਿੰਦੇ ਆ ਇਹਦੀ ਜੀਪ ਨੂੰ ਧੱਕਾ। ਕੀ ਕਰ ਬਰਾ ਜੀ,
एक गल हैगी है। हुण की होया? ए बंदा जे बहुत कमीना, आपा ने गड्डी स्टार्ट कर छड़नी है ते ने भगा के ले जानी है। ए भी गल ठीक है यार। ओए बिड़ी पाजी, मैं ते रामू धक्का लावांगे ते शंटू साडा तेरे नाल बैठू। ठीक है ठीक है, आ जा शंटू। ओए के गल करदे पयो भाजी, के गल करदे पयो? ए बंदा कमीना जे मेनू भगा के ले गया तां मेरा फिर तो तरह निकल जाना है। ओ क्यों डरदी हैगी? मैं भी तेरे नाल बैठ जांदी हैगी। बाकी गल, बाकी गल। ओके कम, ओके। किते सीटी ना रल के मेनू कल्ले नू ना छड़ जान। लगदा जीप धक्का मंगदी है। ए धक्का करन वालियां दी जीप आ, धक्का तां मंगूगी है। तागा जीप मंगदी हैगी जां तू मंगदी हैगी? औरत ने सारी लादी। ਤੁਸਾਂ ਦੀ ਜੀਪ ਨਾਲੋਂ ਤੇ ਅਸਾਂ ਦੀ ਲੂਣਾ ਚੰਗੀ ਹੈਗੀ, ਨਾ ਤਕਾ ਲਾਉਣ ਦੀ ਲੋੜ ਨਾ ਪੈਟਰੋਲ ਪਾਉਣ ਦੀ ਲੋੜ। ਪੈਡਲ ਮਾਰੀ ਜਾਓ, ਮਾਰੀ ਜਾਓ ਤੇ ਵਜਾਈ ਜਾਓ, ਦਾ ਤੇ ਵੀ ਤੇ ਹੁਣ ਅਸਾਂ ਦਾ ਦਿਮਾਗ ਮਤ ਖਾਓ, ਆਪਣੇ ਘਰਾਂ ਨੂੰ ਜਾਓ ਜਾ। ਓਏ ਤੁਸੀਂ ਆਪਣੇ ਦੋਸਤ ਨੂੰ ਰਸਤੇ 'ਚ ਛੱਡ ਕੇ ਜਾਓਗੇ? ਨਾ ਦੋਸਤ ਨੂੰ ਸਾਲਿਆ, ਅਸੀਂ ਛੋਟੇ ਹੁੰਦੇ ਤੇਰੇ ਨਾਲ ਲੰਗੋਟ ਬਦਲ ਬਦਲ ਕੇ ਪਾਉਂਦੇ ਰਹੇ ਹਾਂ, ਇੱਕ ਵਾਰੀ ਧੱਕਾ ਕੀ ਲਾਤਾ ਸਾਨੂੰ ਲੇਬਰੀ ਸਮਝ ਲਿਆ। ਚਲੋ ਸ਼ੰਟੂ ਰਾਮੂ ਚੱਲੀਏ ਆਪਾਂ ਆਪਣੇ ਰਾਹ, ਮੁੜ ਕੇ ਇਸ ਰਸਤੇ ਨਹੀਂ ਆਉਣਾ, ਇਹਨੂੰ ਸਾਲੇ ਨੂੰ ਮਾਰਨ ਦੇ ਧੱਕੇ ਆਪਣੇ ਆਪ। ਸਾਲੇ ਕੱਲੇ ਉਹ ਜੀਟੀ ਰੋਡ ਤੇ ਸਾਲਾ, ਤੈਨੂੰ ਜੀਟੀ ਰੋਡ ਦਿਸਦਾ? ਸੋਰੀ ਗਲਤੀ ਹੋ ਗਿਆ, ਉਹ ਕਾਚੀ ਰੋਡ ਤੇ ਦੁਹਾਈਆਂ ਪਾਵੇ। ਓਏ ਅਸਾਂ ਦਾ ਟਰੱਕ ਜਾਈ ਜੀ, ਓ ਕਾਚੀ ਰੋਡ ਤੇ ਹੈ ਭੁੱਖ ਲਗਾ ਦਿੱਤਾ ਯਾਰ। ਉਹ ਕੀਕਰ ਸਿੰਘ, ਤੈਨੂੰ ਕਦੇ ਭੁੱਖ ਨੀ ਲੱਗਿਆ ਯਾਰ? ਓਏ ਜਦੋਂ ਫੀਮ ਰਗਾ ਵਿੱਚ ਬੋਲੇ ਫਿਰ ਅਮਲੀ ਕਦੇ ਨਾ ਡੋਲੇ। ਓਏ ਆਪਾਂ ਤਾਂ ਸਵੇਰ ਦੇ ਹੀ ਕੰਡੇ ਚ। ਇੱਕ ਮਿੰਟ ਵੀਰ ਜੀ, ਇਧਰ ਆਓ ਇਧਰ ਆਓ, ਸਾਰੇ ਲੋਕ ਹੀ ਕੰਡੇ ਤੇ ਹੋ ਜਾਣੇ ਵੀਰ ਜੀ, ਧਿਆਨ ਨਾਲ ਸੁਣੋ। ਮਿਊਜ਼ਿਕ ਦੀ ਆਵਾਜ਼, ਡੀਜੇ ਡੀਜੇ, ਲੱਗਦਾ ਕਿਸੇ ਦੀ ਸ਼ਾਦੀ ਹੋ ਰਹੀ ਹੈ। ਅੰਦਰ ਚੱਲਦੇ ਆ, ਨਾਲੇ ਜਸ਼ਨ ਕਰਾਂਗੇ, ਨਾਲੇ ਖਾਣਾ ਨਾਲੇ ਗਾਣਾ, ਨਾਲੇ ਖਾਣਾ ਨਾਲੇ ਗਾਣਾ, ਤੇ ਬਾਹਰ ਜਿਹੜੀ ਪੁਲਿਸ ਖੜੀ ਹੋਊਗੀ ਗੇਟ ਤੇ, ਅੰਦਰ ਵੜਾਂਗੇ ਕਿੱਧਰ ਦੀ? ਵੀਰ ਜੀ ਕਰ ਦਿੱਤੀ ਨਾ ਚਾਰ ਆਨੇ ਵਾਲੀ ਗੱਲ, ਫਿਰ ਚਿੜਕੇ ਤਿੜਕੇ ਵਾਲੀ ਗੱਲ ਕਰੋਗੇ ਤੁਸੀਂ ਨਾ? ਵੀਰ ਜੀ ਦੀਵਾਰ ਟੱਪ ਜਾਂਦੇ ਆ, ਜੰਪ ਕਰ ਜਾਂਦੇ ਆ। ਚੱਲ ਠੀਕ ਆ ਜੇ ਤੂੰ ਕਹਿਣਾ, ਪਹਿਲਾਂ ਮੈਨੂੰ ਟਪਾ। ਲੋ ਵੀਰ ਜੀ ਉੱਥੇ ਪਹੁੰਚ ਗਏ ਨੇ, ਹੁਣ ਆਪਾਂ ਵੀ ਚੱਲੀਏ ਨਾ, ਕੱਲੇ ਇੰਜੋਏ ਕਰਨਗੇ ਉਧਰ। ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ। ਓ ਯਾਰ ਸ਼ੈਂਟੀ, ਆ ਕਿੱਥੇ ਆ ਗਈ ਯਾਰ ਆਪਾਂ? ਓ ਬ੍ਰਦਰ,
ਮੈਨੂੰ ਲੱਗਦਾ ਬਰਾਤੀ ਨੱਚ ਰਹੇ ਹੈਗੇ ਡਰੈਸ ਕੋਡ ਦੇ ਵਿੱਚ। ਫੋਨ ਕਰੋ, ਅੱਜ ਮੇਰੇ ਯਾਰ ਕੀ ਸ਼ਾਦੀ ਹੋਈ। ਸਾਲਿਆ ਸ਼ਾਦੀ ਤੇ ਆ ਪੁੱਤਰਾ, ਤੈਨੂੰ ਇਹ ਬਰਾਤੀ ਲੱਗਦੇ ਨੇ? ਓਏ ਆਪਾਂ ਪਾਗਲਖਾਨੇ ਚ ਆ ਗਏ ਆ ਤੇ ਆਪਾਂ ਨੂੰ ਪਾਗਲ ਸਮਝ ਕੇ ਤੁਹਾਡੇ ਪਿਓ ਫੜਨ ਆ ਰਹੇ ਨੇ ਪਾਗਲਖਾਨੇ ਵਿੱਚ। ਪਰ ਫੇਰ ਵੀ ਇੰਜੋਏ ਕਰੋ ਯਾਰ, ਅੱਜ ਮੇਰੇ ਯਾਰ ਕੀ ਸ਼ਾਦੀ ਹੋਈ। ਚਲੋ ਚਲੋ ਚਲੋ, ਯਾਰ ਦੀ ਸ਼ਾਦੀ ਚਲੋ। ਉਹ ਅਸੀਂ ਪਾਗਲ ਨਹੀਂ ਆ ਉਹ ਭਰਾਵਾ, ਸਾਡੀ ਗੱਲ ਤਾਂ ਸੁਣੋ ਯਾਰ, ਮੈਂ ਸੁਣ ਸਾਰੀ ਗੱਲ ਸਮਝਾਉਣੀ ਆ, ਇੱਕ ਮਿੰਟ ਗੱਲ ਤਾਂ ਸੁਣੋ। ਚਲ ਡਾਕਟਰ ਸਾਹਿਬ ਆਪੀ ਦੱਸਣੀ ਕਿਹੜਾ ਪਾਗਲ ਹੈ, ਚਲ ਬੈਠ ਇੱਥੇ ਬੰਦਾ ਬਣ ਕੇ। ਪਾਗਲ ਨਹੀਂ ਆ, ਬੈਠ ਜਾ ਤੂੰ ਇੱਥੇ, ਬੈਠਦਾ ਨਹੀਂ। ਓ ਬੈਠ ਜਾ, ਇਹਨੂੰ ਲਾਓ ਸਭ ਤੋਂ ਪਹਿਲਾਂ ਬਿਜਲੀ ਦਾ ਉੱਧਰ ਯਾਰ। ਮੈਂ ਡਾਕਟਰ ਚਟਕੇਲਾ, ਮੈਂ ਬੜੇ ਵੱਡੇ ਵੱਡੇ ਪਾਗਲਾਂ ਨੂੰ ਠੀਕ ਕੀਤਾ। ਇਹਦੀ ਸਭ ਤੋਂ ਵੱਡੀ ਉਦਾਹਰਨ ਤਾਂ ਮੈਂ ਆਪ ਹਾਂ, ਮੈਂ ਆਪਣੇ ਆਪ ਨੂੰ ਠੀਕ ਕੀਤਾ। ਅੱਛਾ ਝਾਈ ਸਾਹਿਬ, ਤੁਸੀਂ ਆਪਣੇ ਤੋਂ ਬਿਨਾਂ ਕਿਸੇ ਹੋਰ ਦਾ ਵੀ ਇਲਾਜ ਕੀਤਾ? ਉਹ ਆਪਣੇ ਸਿੱਧੂ ਸਾਹਿਬ, ਉਹ ਪਹਿਲਾਂ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਸੀ, ਬੜਾ ਗੁੱਸਾ ਆਉਂਦਾ ਸੀ ਜਦੋਂ ਉਹਨਾਂ ਨੂੰ ਮੈਂ ਬਿਜਲੀ ਦੇ 3 ਝਟਕੇ ਲਾਏ। ਹੁਣ ਉਹਨਾਂ ਨੂੰ ਗੁੱਸਾ ਆਉਂਦਾ ਨਹੀਂ ਤੇ ਹਾਸਾ ਉਹਨਾਂ ਦਾ ਜਾਂਦਾ ਨਹੀਂ। ਉਹ ਗੁਰੂ ਜਿਹੜੀ ਏਦਾਂ ਕਹਿੰਦੇ ਹੈਗੀ। ਹਾਂ ਪਰ ਪਾਜੀ, ਅਸੀਂ ਤੇ ਪਾਗਲ ਨਹੀਂ ਹੈਗੇ ਨਾ। ਹਰ ਕੋਈ ਇੱਥੇ ਆ ਕੇ ਇਹੀ ਕਹਿੰਦਾ ਵੀ ਮੈਂ ਪਾਗਲ ਨਹੀਂ ਆ, ਪਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਚੋਂ ਵੱਡਾ ਕੌਣ? ਪਾਵਰਫੁੱਲ, ਜਿਹੜਾ ਵੱਡਾ ਉਹਨੂੰ ਬਿਜਲੀ ਦੇ ਕਰੰਟ ਦੇ ਝਟਕੇ ਲਾਏ ਜਾਣਗੇ। ਮੈਨੂੰ ਪਤਾ ਸੀ ਕਿ ਤੂੰ ਹੀ ਹੈ ਸੋਹਣਾ ਸੁਨੱਖਾ ਨੌਜਵਾਨ ਪਾਗਲ। ਚਲੋ ਹੁਣ ਤੁਹਾਨੂੰ ਮੈਂ ਲੈ ਕੇ ਜਾਵਾਂ ਮਸ਼ੀਨ ਕੋਲ, ਜਾਂ ਤੁਸੀਂ ਆਪ ਚੱਲੋਗੇ? ਤੁਹਾਨੂੰ ਆਉਣ ਦੀ ਲੋੜ ਨਹੀਂ ਡਾਕਟਰ ਸਾਹਿਬ, ਸੀਡੀ ਇੱਟਾ ਪੱਟ ਆਪ ਚੱਲ ਕੇ ਆਏਗਾ। ਡਾਕਟਰ ਤੋਂ ਪਹਿਲਾਂ ਮੈਂ ਮਿਸਤਰੀ ਸੀ, ਇਸੇ ਕਰਕੇ ਮੈਂ ਇਹਨਾਂ ਕਰੰਡੀਆਂ ਦੇ ਨਾਲ। ਦੇਖੋ ਬੇਟੇ, ਹੁਣ ਇੱਕ ਚਿੜੀ ਨਿਕਲੇਗੀ। ਇੱਕ ਵਾਰੀ ਹੋਰ ਕਰੋ, ਬਹੁਤ ਮਜ਼ਾ ਆ ਰਿਹਾ। ਡਾਕਟਰ ਸਾਹਿਬ, ਗੱਲ ਤਾਂ ਇਹ ਆ ਵੀ ਅਸੀਂ ਤੁਹਾਡੇ ਕੋਲੋਂ ਇਲਾਜ ਤਾਂ ਕਰਵਾਉਣਾ ਚਾਹੁੰਦੇ ਹਾਂ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਡਾਕਟਰ ਕੋਲੋਂ ਅਸੀਂ ਆਪਣਾ ਇਲਾਜ ਕਰਵਾਉਣਾ, ਕੀ ਉਹ ਵਾਕਿਆ ਡਾਕਟਰ ਆ ਕਿਤੇ ਪਾਗਲ ਤਾਂ ਨਹੀਂ? ਮੈਂ ਬਿਲਕੁਲ ਠੀਕ ਹਾਂ। ਸਾਨੂੰ ਕੀ ਸਬੂਤ ਆ ਕਿ ਤੁਸੀਂ ਠੀਕ ਹੋ? ਕੁਛ ਵੀ ਪੁੱਛੋ। ਮੈਂ ਇੱਕ ਸਵਾਲ ਪੁੱਛਾਂ, ਆਹ ਵੇਖੋ 3 ਕੋਠੀਆਂ ਨੇ, ਪਹਿਲੀ ਕੋਠੀ ਨੂੰ ਅੱਗ ਲੱਗੀ, ਫਿਰ ਦੂਜੀ ਕੋਠੀ ਨੂੰ ਅੱਗ ਲੱਗੀ, ਫਿਰ ਤੀਜੀ ਨੂੰ ਲੱਗੀ, ਦੇਖਦੇ 3 ਕੋਠੀਆਂ ਅੱਗ ਦੀ ਲਪੇਟ 'ਚ ਆ ਗਈਆਂ। ਉਧਰੋਂ ਐਂਬੂਲੈਂਸ ਸਾਇਰਨ ਵਜਾਉਂਦੀ, ਹੂਟਰ ਵਜਾਉਂਦੀ, ਟੂ ਟਾਂ ਕਰਦੀ ਆ ਗਈ। ਸਵਾਲ ਇਹ ਆ ਕਿ ਐਂਬੂਲੈਂਸ ਸਭ ਤੋਂ ਪਹਿਲਾਂ ਕਿਹੜੀ ਕੋਠੀ ਦੀ ਅੱਗ ਬੁਝਾਊਗੀ? ਪਹਿਲੀ ਦੀ। ਲਾਓ ਸਾਲੇ ਦੇ ਬਿਜਲੀ, ਕਿਉਂ ਐਂਬੂਲੈਂਸ ਤਾਂ ਅੱਗ ਬੁਝਾਉਂਦੀ ਨੀ, ਅੱਗ ਤੇ ਬੁਝਾਉਂਦੀ ਹੈ ਫਾਇਰ ਬ੍ਰਿਗੇਡ। ਇੱਕ ਸਵਾਲ ਮੈਂ ਵੀ ਪੁੱਛਣੀ ਹੈਗੀ, ਮੈਨੂੰ ਇਹ ਦੱਸੋ, ਹਾਥੀ ਆਂਡਾ ਦਿੰਦੀ ਹੈਗੀ ਜਾਂ ਬੱਚਾ? ਬੱਚਾ ਦਿੰਦੀ। ਲਗਾਓ ਸਾਲੇ ਦੇ ਬਿਜਲੀ, ਕਿਉਂ ਬੱਚਾ ਤਾਂ ਹੱਥ ਨਹੀਂ ਦਿੰਦੀ ਹੈਗੀ, ਹਾਥੀ ਤਾਂ ਬੱਚਾ ਦਿੰਦੀ ਨੀ ਹੈਗੀ। ਸਾਲਿਓ ਆਪਣਾ ਮਰੀਜ਼ ਤਾਂ ਚੱਕੋ, ਇਹ ਤਾਂ ਮੂਧਾ ਹੋ ਗਿਆ। ਚੱਕੋ ਚੱਕੋ ਪਾਗਲ, ਸ਼ਾਬਾਸ਼ ਸ਼ਾਬਾਸ਼, ਜਲਦੀ ਕਰੋ, ਚੱਕੋ ਜਲਦੀ ਚੱਕੋ। ਤੁਸਾਂ ਦੇ ਚੱਕਰ ਵਿੱਚ ਪੈ ਕੇ ਤੇ ਇਸ ਦੇ ਚੱਕਰ ਵਿੱਚ ਪੈ ਕੇ ਨਾ ਮੈਂ ਖੁਦ ਗਨ ਚੱਕਰ ਬਣ ਗਿਆ। ਇੱਕ ਵਾਰ ਹੋਸ਼ ਵਿੱਚ ਆ ਜਾਵੇ ਨਾ ਮੈਂ ਤੇ ਆਪਣਾ ਦਹੀਂ ਲੈ ਕੇ ਫੁਰ ਹੋ ਜਾਣਾ, ਪਰ ਪਤਾ ਨਹੀਂ ਕਦ ਹੋਸ਼ ਵਿੱਚ ਆ ਸੀ, ਕਦ ਹੋਸ਼ ਵਿੱਚ ਆ ਸੀ। ਓਏ ਯਾਰ, ਇਹਦਾ ਕੋਈ ਪੇਚ ਪੂਚ ਤੇ ਨਹੀਂ ਟੀਲਾ ਹੋ ਗਿਆ? ਕੂਕਾਮਲੀ ਇੱਕ ਪੈ ਗਈ ਸਿਵਿਆਂ ਦੇ ਰਾਹ, ਜਦੋਂ ਦੇ ਇਹਦੇ ਨਾਲ ਰਲਿਆ ਸਾਲੇ ਧੱਕੇ ਹੀ ਧੱਕੇ ਲਿਖੇ ਨੇ, ਪਤਾ ਨਹੀਂ ਕਦੋਂ ਖੜਾ ਛੁੱਟੂ। ਮੈਂ ਤੇ ਕਹਿਣਾ ਭਾਜੀ ਹੋਸ਼ ਵਿੱਚ ਆਵੇ ਜਾਂ ਨਾ ਆਵੇ ਆਪਾਂ ਚੱਲਦੇ ਆ। ਨਹੀਂ ਯਾਰ, ਬੰਦਾ ਹੀ ਬੰਦੇ ਦੇ ਕੰਮ ਆਉਂਦੀ ਹੈਗੀ। ਠੀਕ ਹੈ ਫਿਰ, ਮੈਂ ਵੀ ਇੱਥੇ ਰਵਾਂਗਾ। ਆ ਗਈ, ਆ ਗਈ, ਪੁਲਿਸ ਆ ਗਈ।
ਇਹ ਹੋਸ਼ ਆ ਗਈ, ਇਹ ਹੋਸ਼ ਆ ਗਈ। ਤੁਸੀਂ ਭਾਈ ਸਾਹਿਬ 5 ਸਟਾਰ ਚੋਂ ਪਾਗਲਖਾਨੇ ਦੇ ਉਹ ਯਾਰ, ਇਹਦੇ ਨਾਲੋਂ ਤਾਂ ਪਾਗਲਖਾਨਾ ਚੰਗਾ ਸੀ। ਇਹ ਦੋ ਪਹਿਲਾਂ ਪੁਲਿਸ ਆ ਜਾਵੇ, ਉੱਠ ਭਰਾਵਾ ਉੱਠ, ਪੁਲਿਸ ਆ ਜਾਵੇ ਉੱਠ। ਇਹ ਏਰੀਆ ਤੇ ਜਾਣਿਆ ਪਛਾਣਿਆ ਲੱਗਦਾ, ਲੱਗਦਾ ਸੀ ਆਪਣੇ ਅੱਡੇ ਦੇ ਕੋਲ ਆ ਗਏ। ਓਏ ਸ਼ੁਕਰੇ ਭਰਾਵਾ, ਤੈਨੂੰ ਹੋਸ਼ ਆਈ, ਜਿੰਨੀ ਨਾਤੀ ਓਨੀ ਪੁੰਨ, ਤੂੰ ਆਪਣੇ ਘਰ ਜਾ, ਅਸੀਂ ਆਪਣੇ ਘਰ ਜਾਣਿਆ। ਚੰਗਾ ਭਰਾਵਾ, ਸਤਿ ਸ੍ਰੀ ਅਕਾਲ। ਇਹ ਤਿੰਨਾਂ ਲਾਈ ਲੱਗਾਂ ਨੂੰ ਤੇ ਰੋਕਣਾ ਪੈਣਾ, ਕੰਮ ਦੇ ਬੰਦੇ ਆ, ਇਹੀ ਮੇਰਾ ਕੰਮ ਕਰ ਸਕਦੇ ਆ। ਓਏ ਤੁਸੀਂ ਮੇਰੇ ਇਲਾਕੇ ਚੋਂ ਇੱਦਾਂ ਵਾਪਸ ਨਹੀਂ ਜਾ ਸਕਦੇ। ਓਏ ਸਿੜੀ, ਇੱਕ ਗੱਲ ਹਮੇਸ਼ਾ ਯਾਦ ਰੱਖੀ ਓਏ, ਕਿ ਸ਼ੀਸ਼ਾ ਤੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਹੁਣ ਤੂੰ ਸਾਨੂੰ ਆਪਣੇ ਇਲਾਕੇ ਚ ਆ ਕੇ ਧਮਕੀ ਦਿੰਦੀ ਹੈਗੀ? ਜੇ ਅਸਾਂ ਨਾਲ ਅਸਾਂ ਦੇ ਦਾਜ ਨਹੀਂ ਹਨ ਤੇ ਅਸਾਂ ਨੂੰ ਕੱਲੇ ਸਮਝ ਛੱਡਿਆ? ਮੈਨੂੰ ਪਤਾ ਤੂੰ ਕਮੀਨਾ ਬੰਦਾ ਹੈ ਤੇ ਕੋਈ ਨਾ ਕੋਈ ਕਮੀਨਗੀ ਜ਼ਰੂਰ ਕਰੇਗਾ। ਓਏ 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 ਓਏ, ਮੇਰਾ ਮਤਲਬ ਇਹ ਨਹੀਂ ਹੈ, ਤੁਸਾਂ ਨੇ ਮੇਰੀ ਜਾਨ ਬਚਾਈ ਹੈ, ਮੈਂ ਤੁਹਾਡਾ ਅਹਿਸਾਨ ਮੰਨਦਾ। ਓਏ ਮੈਨੂੰ ਵੀ ਕੋਈ ਖਾਤਰਦਾਰੀ ਕਰਨ ਦਾ ਮੌਕਾ ਦਿਓ, ਚਲੋ ਅੱਡੇ ਚੱਲਦੇ ਆ। ਮੇਰੇ ਕੋਲ ਟਾਈਮ ਨਹੀਂ ਹੈਗੀ, ਮੈਂ ਘਰ ਚਲੀ। ਮੈਂ ਘਰੇ ਤੈਨੂੰ ਘੁੰਡ ਵਾਲੀ ਡੀਕਦੀ ਆ। ਠੀਕ ਹੈ, ਜੇ ਤੁਹਾਡੇ ਕੋਲ ਨਹੀਂ ਟਾਈਮ ਤੇ ਨਾ ਸੀ, ਮੈਂ ਸਿੜੀ ਬਾਈ ਤੇਰੇ ਨਾਲ। ਕਿਕਰਪਾ ਜੀ, ਕਿਕਰਪਾ ਜੀ, ਦਰਸਲ ਗੱਲ ਇਹ ਹੈ ਕਿ ਕੁੰਡ ਵਾਲੀ ਤਾਂ ਸ਼ੈਂਟੀ ਨੂੰ ਵੀ ਨਹੀਂ ਉਡੀਕਦੀ ਪਈ, ਪਰ ਸਾਨੂੰ ਅਸਾਂ ਦੇ ਦਾਰ ਜੀ ਦੀ ਫਿਕਰ ਹੈਗੀ ਕਿ ਜੇ ਦਹੀਂ ਨਾ ਲੈ ਕੇ ਗਿਆ ਤੇ ਰੋਟੀ ਕਿੱਦਾਂ ਖਾਣਗੇ। ਪਰ ਕੋਈ ਗੱਲ ਨਹੀਂ, ਮੈਂ ਤੁਸਾਂ ਦੇ ਨਾਲ ਜਾਵਾਂਗਾ। ਉਹ ਪ੍ਰਭੋ, ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਹੈਗਾ। ਇੱਕ ਉਂਗਲੀ ਬਣ ਗਿਆ ਮੁੱਠੀ, ਬਣ ਗਿਆ ਤਾਕਤ। Hi everybody, ਕਦੇ ਨਹੀਂ ਬਣਨੀ ਉਹ ਮੇਰੀ ਘਰ ਵਾਲੀ, ਹੁਣ ਕਦੇ ਨਹੀਂ ਬਣਨੀ ਉਹ ਮੇਰੀ ਘਰ ਵਾਲੀ, ਹੁਣ ਮੈਂ ਕੀ ਕਰਨੀ ਮੋਢੇ ਟੰਗੀ ਦੁਨਾਲੀ। ਅੱਜ ਦੀ
ਸਭਾ ਇੱਥੇ ਹੀ ਸਮਾਪਤ। ਉਸਤਾਦ ਜੀ ਮਾਫ ਕਰਿਓ, ਆ ਤੁਸੀਂ ਤੈਨੂੰ ਨਜ਼ਰ ਵੱਟੂ ਜਾਂ ਕਿੱਥੋਂ ਫੜ ਲਿਆਉਂਦੇ ਨੇ, ਤੈਨੂੰ ਹੀ ਜੋਕਰ ਲੱਗਦੇ ਨੇ। ਓਏ ਕਈ ਵਾਰੀ ਤਾਸ਼ ਦੀ ਗੇਮ ਜੋਕਰਾਂ ਨਾਲ ਹੀ ਜਿੱਤੀ ਜਾਂਦੀ ਹੈ ਪਾਲਿਆ। ਜੇ ਜੋਕਰ ਬਾਦਸ਼ਾਹ ਬਣ ਬੈਠੇ ਤਾਂ ਫੇਰ? ਫੇਰ ਸੀਡੀ ਆਪਣੇ ਰਾਸਤੇ ਦੇ ਰੋੜਿਆਂ ਨੂੰ ਸਾਫ਼ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ। ਆ ਗਏ ਮੇਰੀ ਤਾਸ਼ ਦੇ ਤਿੰਨੋ ਯੱਕੇ। ਗੁੱਡ ਮਾਰਨਿੰਗ ਬਿਰਜੇ। ਗੁੱਡ ਮਾਰਨਿੰਗ, ਕਿਵੇਂ ਰਿਹਾ ਰਾਤ ਦਾ ਜਸ਼ਨ? ਹੈ ਬਹੁਤ ਮਜ਼ਾ ਆਇਆ ਵੀਰਜੇ, ਬਹੁਤ ਮਜ਼ਾ ਆਇਆ। ਸੀਡੀ ਪਾਜੀ, ਤੁਹਾਨੂੰ ਲੋਕ ਸੀਡੀ ਇੱਟਾਂ ਪੁੱਟ ਕਿਉਂ ਕਹਿੰਦੀ ਹੈਗੀ? ਹੈਂ ਯਾਰ, ਇਹ ਵੀ ਕੋਈ ਪੁੱਛਣ ਵਾਲੀ ਗੱਲ ਆ? ਬੀੜੀ ਪਾਜੀ ਇੱਟਾਂ ਵਾਲੇ ਭੱਠੇ ਤੇ ਕੰਮ ਕਰਦੇ ਹੋਣੇ ਆ। ਓਏ ਨਹੀਂ ਓਏ, ਇਹ ਬਹੁਤ ਲੰਬੀ ਦਾਸਤਾਨ ਹੈ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਸੁਣ ਰੱਖਿਆ ਸੀ ਕਿ ਇੱਟ ਪੁੱਟੋ ਤੇ ਕਲਾਕਾਰ ਨਿਕਲ। ਮੈਂ ਬਹੁਤ ਇੱਟਾਂ ਪੱਟੀਆਂ, ਬਹੁਤ ਇੱਟਾਂ ਪੱਟੀਆਂ, ਪਰ ਮੇਰੇ ਹੱਥ ਕੋਈ ਕਲਾਕਾਰ ਨਹੀਂ ਲੱਗਿਆ। ਲੱਗਣਾ ਵੀ ਕਿੱਥੋਂ ਸੀ? ਸਾਰੇ ਕਲਾਕਾਰਾਂ ਨੂੰ ਤੇ ਚੰਗੀਆਂ ਕੰਪਨੀਆਂ ਪੱਟ ਕੇ ਲੈ ਗਈਆਂ। ਉਸ ਦਿਨ ਮੈਂ ਇਸ ਗੱਲ ਦਾ ਫੈਸਲਾ ਕੀਤਾ ਕਿ ਇਹਨਾਂ ਕਲਾਕਾਰਾਂ ਤੇ ਕੰਪਨੀਆਂ ਨੂੰ ਜੜੋਂ ਖਤਮ ਕਰ ਦਿਆਂਗਾ। ਬਸ ਅੱਛਾ ਅੱਛਾ, ਇਸ ਲਈ ਤੁਹਾਨੂੰ ਸੀ ਡੀ ਟਾਪੁੱਟ ਕਹਿੰਦੇ ਨੇ? ਚੰਦਨ ਦਾਸ ਇੱਟਾਂ ਪੱਟ। ਸੁਣੋ, ਪੰਜਾਬ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਐਫ ਸੀਰੀਜ਼ ਦੇ ਮਾਲਕ ਫੌਜਾ ਸਿੰਘ ਦੇ ਨਾਲ ਮੇਰੀ ਪੁਰਾਣੀ ਦੁਸ਼ਮਣੀ ਹੈ। ਮੈਂ ਉਹਦੀਆਂ ਕਈ ਕੈਸਟਾਂ ਦੀਆਂ ਡੁਪਲੀਕੇਟ ਕੈਸਟਾਂ ਬਣਾ ਕੇ ਮਾਰਕੀਟ 'ਚ ਵੇਚੀਆਂ। ਪਿੱਛੇ ਜੇ ਮੈਂ ਉਹਦੀ ਇਹ ਹਾਰਡ ਡਰਾਈਵ ਚੋਰੀ ਕੀਤੀ ਹੈ। ਇਸ ਡਿਸਕ 'ਚ ਪਤਾ ਕੀ ਹੈ? ਨਵੇਂ ਤੇ ਨਾ ਵਾਰ ਕਲਾਕਾਰਾਂ ਦੀਆਂ ਓਰੀਜਨਲ ਰਿਕਾਰਡਿੰਗਸ ਜੋ ਅਜੇ ਤੱਕ ਮਾਰਕੀਟ 'ਚ ਨਹੀਂ ਆਈਆਂ। ਇਸ ਹਾਰਡ ਡਿਸਕ ਦੇ ਚੱਕਰ 'ਚ ਮੈਂ ਕਈ ਵਾਰੀ ਜੇਲ੍ਹ ਗਿਆ, ਪਰ ਹੁਣ ਮੈਨੂੰ ਫੌਜਾ ਸਿੰਘ ਚਾਹੀਦਾ। ਆ ਬਿੜੀ ਭਾਜੀ, ਆ ਜਦ ਤੁਹਾਡੇ ਕੋਲ ਹਾਰਡ ਡਿਸਕ ਹੈਗੀ ਆ, ਫਿਰ ਤੁਸੀਂ ਫੌਜਾ ਸਿੰਘ ਤੋਂ ਅੰਬ ਲੈਣੇ ਆ? ਓਏ ਨਹੀਂ ਓਏ, ਅੰਬ ਨਹੀਂ, ਪਾਸਵਰਡ ਚਾਹੀਦਾ, ਯਾਨੀ ਕਿ ਹਾਰਡ ਡਿਸਕ ਦੀ ਚਾਬੀ। ਇਸ ਵਿੱਚ ਕੀ ਮੁਸ਼ਕਲ ਹੈ ਵੀਰਜੇ? ਬਾਜ਼ਾਰ ਵਿੱਚ ਜਾਓ, ਚਾਰ ਆਨੇ ਦੀ ਮਿਲ ਜਾਂਦੀ ਆ ਚਾਬੀ। ਭਾਜੀ ਚਾਬੀ ਦੀ ਕੀ ਲੋੜ ਹੈਗੀ, ਇਹਨੂੰ ਪੰਜ ਤੋਰ ਕਰਕੇ ਵਿੱਚੋਂ ਹੀ ਕੱਢ ਲੈਂਦੇ ਹੈਗੇ। ਓਏ ਚੁੱਪ, ਤੁਹਾਡਾ ਕੰਮ ਹੈ ਫੌਜਾ ਸਿੰਘ ਦੇ ਘਰ ਜਾਣਾ ਤੇ ਉਹਨੂੰ ਚੱਕ ਕੇ ਮੇਰੇ ਕੋਲ ਲੈ ਕੇ ਆਣਾ। ਭਾਜੀ ਸ਼ੀਸ਼ਾ ਤਿੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਵੀਰਜੀ ਪਰ ਅਸੀਂ ਫੌਜਾ ਸਿੰਘ ਦੇ ਘਰ ਜਾਵਾਂਗੇ ਕਿਸ ਤਰ੍ਹਾਂ? ਆ ਫੜੋ ਅਖਬਾਰ। ਨਾ ਹੁਣ ਅਸੀਂ ਲੋਕਾਂ ਦੇ ਘਰੇ ਅਖਬਾਰ ਵੰਡਣ ਜੋਗੇ ਰਹਿ ਗਏ? ਓਏ ਨਹੀਂ ਓਏ, ਇਹ ਅਖਬਾਰ ਤੁਹਾਨੂੰ ਫੌਜਾ ਸਿੰਘ ਦੇ ਘਰ ਤੱਕ ਲੈ ਕੇ ਜਾਏਗਾ, ਕਿਉਂਕਿ ਇਸ ਅਖਬਾਰ ਵਿੱਚ ਫੌਜਾ ਸਿੰਘ ਦੀ ਕੁੜੀ ਦੇ ਰਿਸ਼ਤੇ ਦਾ ਇਸ਼ਤਿਹਾਰ ਛਪਿਆ। ਪਰ ਇੱਕ ਗੱਲ ਯਾਦ ਰੱਖਿਓ, ਜੇ ਮੇਰੇ ਨਾਲ ਕੋਈ ਧੋਖਾ ਜਾਂ ਸ਼ਿਆਰੀ ਕੀਤੀ ਤੇ ਜਾਨ ਤੋਂ ਹੱਥ ਤੋਂ ਬੈਠੋਗੇ। ਓ ਤੇਰੇ ਟਿੱਲੇ ਤੋਂ ਏ ਸੂਰਤ ਦੀ ਆਹੀਰ ਦੀ, ਓ ਲਵੇ ਇੱਕ ਗੌਰ ਕਾ ਉੱਡਦੀ ਆ ਫੁਲਕਾਰੀ। ਆਇਆ ਜੀ ਆਇਆ, ਆਇਆ ਜੀ ਆਇਆ ਜੀ ਆਇਆ ਜੀ। ਹਾਂ ਕਿਵੇਂ ਆਏ ਹੋ? ਕੇ ਆਏ ਹੋ? ਮੇਰਾ ਮਤਲਬ ਕਹਿਣ ਦਾ ਕੰਮ ਕੀ ਆਇਓ? ਆ ਬ੍ਰਦਰ ਫਾਦਰ ਇਨ ਲਾ ਨੂੰ ਮਿਲਣਾ ਮੰਗਦਾ। ਆਈ ਮੀਨ ਫੌਜਾ ਸਿੰਘ, ਮੈਨੂੰ ਮਿਲੋ। ਮੈਂ ਵੀਰ ਚੱਕਰ ਵਿਜੇਤਾ ਰਿਟਾਇਰਡ ਸੂਬੇਦਾਰ ਮੇਜਰ ਸਰਦਾਰ ਬਹਾਦਰ ਸਰਦਾਰ ਫੌਜਾ ਸਿੰਘ ਦਾ ਨੌਕਰ ਸੁਨੱਖਾ ਸਿੰਘ। ਕਾਕੇ ਨਾ ਗਲਤ ਰੱਖ ਲਿਆ, ਅੱਖਾਂ ਦੇ ਹਿਸਾਬ ਨਾਲ ਤੇਰਾ ਨਾਂ ਸੁਨੱਖਾ ਸਿੰਘ ਨਹੀਂ ਚਮੱਖਾ ਸਿੰਘ ਚਾਹੀਦਾ। ਬਕਵਾਸ ਬੰਦ ਕਰੋ, ਕੰਮ ਦੱਸੋ ਕੀ ਆ? ਕੰਮ ਨੂੰ ਤੂੰ ਸਾਨੂੰ ਕੁੜੀ ਦੇ ਨੀ? ਓਏ ਓਏ ਬਕਵਾਸ ਨਾ ਕਰ, ਪਹਿਲਾਂ ਲੋਕਾਂ ਦੀਆਂ ਘੰਟੀਆਂ ਵਜਾਉਂਦੇ ਤੇ ਉੱਤੋਂ ਉਹਨਾਂ ਨੂੰ ਗਾਲਾਂ ਕੱਢਦੇ ਹੋ? ਰਿਲੈਕਸ ਬ੍ਰਦਰ ਰਿਲੈਕਸ। ਬ੍ਰਦਰ ਕੂਲ ਰਹਿਣਾ ਹੈਗਾ, ਐਂਗਰ ਕਰਨਾ ਨਹੀਂ ਮੰਗਦਾ। ਅਸੈਂਟ ਫੌਜਾ ਸਿੰਘ। ਓ ਸ਼ੈਂਟੀ ਤੇਰੀ ਅੰਗਰੇਜ਼ੀ ਤੇ ਖਾਨੇ ਨਹੀਂ ਪੈਣੀ। ਓ ਰਾਮੂ ਆਈ ਮੀਨ ਸ਼ੈਰੀ, ਚੱਕ ਸਾਲੇ ਕੱਪੜੇ ਸਕਾਉਣ ਵਾਲੇ ਯੰਤਰ ਨੂੰ। ਚਲੋ ਕੌਣ ਬਦਤਮੀਜ਼ ਹੈ ਜਿਹਨੇ ਸਾਡੀ ਜੂਹ ਦੇ ਵਿੱਚ ਆਉਣ ਦੀ ਗੁਸਤਾਖੀ ਕੀਤੀ ਹੈ? ਕੋਈ ਸ਼ੱਕ
ਪਾਜੀ ਤੁਹਾਡੇ ਬਾਰੇ ਗੱਲ ਕਰ ਰਹੀ ਹੈ ਜੀ। ਪਾਜੀ ਅਸੀਂ ਕੋਈ ਇੱਥੇ ਘੁਸਪੈਠ ਕਰਨੀ ਆਏ, ਬਲਕਿ ਬਹੁਤ ਦੂਰੋਂ ਆਏ। ਅਸੀਂ ਉੱਤਰਕਾਸ਼ੀ ਤੋਂ ਆਏ ਹੈਗੇ। ਉੱਤਰਕਾਸ਼ੀ? ਇਹਨਾਂ ਦੇ ਕਹਿਣ ਦਾ ਮਤਲਬ ਯੂਕੇ, ਇੰਗਲੈਂਡ, ਬਰਤਾਨੀਆ, ਵਲੈਤ। ਯੂਕੇ ਤੋਂ ਇੱਥੇ ਮੇਰੇ ਕੋਲ ਕੀ ਮੂਲੀਆ ਪੱਟਣ ਆਏ? ਕੋਈ ਸ਼ੱਕ? ਨਹੀਂ, ਅਸਾਂ ਨੂੰ ਕਦਾ ਸ਼ੱਕ ਹੋਣਾ ਜੀ? ਸ਼ੱਕ ਤੇ ਤੁਸਾਂ ਨੂੰ ਹੋਣਾ ਚਾਹੀਦਾ। ਤੁਸੀਂ ਆਪਣਾ ਸ਼ੱਕ ਕੱਢੋ, ਤੁਸੀਂ ਆਪਣੀ ਲੜਕੀ ਦੇਣੀ ਹੈ। ਸ਼ੀਸ਼ਾ ਤੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਆਏ ਥੋੜਾ ਜਿਹਾ ਜ਼ਹਿਨ ਤੇ ਵਜ਼ਨ ਪਾਓ। ਅਖਬਾਰ, ਰਿਸ਼ਤਾ, ਅਖਬਾਰ ਚ ਰਿਸ਼ਤਾ, ਐਡਵਰਟਾਈਜ਼ਮੈਂਟ। ਤੁਹਾਡੀ ਕੁੜੀ? ਕੁੜੀ ਦੀ ਗੱਲ ਕਰਨੀ? ਮਤਲਬ ਤੁਸਾਂ ਦੀ ਲੜਕੀ ਨੇ ਤੁਸਾਂ ਦੇ ਰਿਸ਼ਤੇ ਬਾਰੇ ਨਿਊਜ਼ ਪੇਪਰ ਦਿੱਤਾ ਸੀ ਨਾ, ਤੁਸਾਂ ਦੇ ਰਿਸ਼ਤੇ ਬਾਰੇ? ਓ ਮੂਰਖੋ, ਮੈਂ ਆਪਣੇ ਰਿਸ਼ਤੇ ਬਾਰੇ ਨਹੀਂ ਦਿੱਤਾ ਸੀ, ਮੈਂ ਆਪਣੀ ਬੇਟੀ ਦੇ ਰਿਸ਼ਤੇ ਬਾਰੇ ਦਿੱਤਾ ਸੀ ਇਹ ਇਸ਼ਤਿਹਾਰ। ਹਾਂਜੀ ਹਾਂਜੀ ਹਾਂਜੀ, ਉਸ ਬਾਰੇ ਅਸੀਂ ਯੂਕੇ ਤੋਂ ਆਏ ਹਾਂ। ਅੱਛਾ ਅੱਛਾ ਅੱਛਾ, ਤੇ ਤੁਸੀਂ NRI ਹੋ? ਹਾਂਜੀ 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 ਹਾਂਜੀ। ਸਾਰੇ NRI ਕੀ ਹੁੰਦਾ? NRI ਹੁੰਦਾ ਨਹੀਂ ਰਹਿੰਦੇ ਇੰਡੀਆ। ਉਹ ਸੁਨੱਖਿਆ, ਹਾਂਜੀ ਸਰ, ਆ ਫੜ ਬੰਦੂਕ, ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਰੱਖਿਆ ਕਰ। ਠੀਕ ਹੈ ਜੀ। ਅੱਛਾ ਚਲੋ ਆਓ, ਬੈਠੋ ਬੈਠੋ ਬੈਠੋ। ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂ ਬਈ, ਤੁਹਾਡੀ ਤਾਰੀਫ ਵੈਸੇ ਤਾਂ ਜੀ ਜਿੰਨੀ ਕਰ ਲਓ ਓਨੀ ਹੈ, ਥੋੜੀ ਆ। ਅਦਰਵਾਈਜ਼ ਮੈਨੂੰ ਸਰਦਾਰ ਕਿਰਪਾਲ ਸਿੰਘ ਕਿਲਿਆਂ ਵਾਲੀ ਕਹਿੰਦੇ ਨੇ, ਤੇ ਇਹ ਨੇ ਮੇਰੇ ਭਤੀਜਾ ਜੀ ਮਿਸਟਰ ਸ਼ੈਂਟੀ ਐਸ। ਹਾਂ ਸ਼ੈਂਟੀ ਬੇਟਾ, ਤੁਸੀਂ ਕੀ ਕੰਮ ਕਰਦੇ ਹੋ? ਦਰਅਸਲ ਭਰਾ ਜੀ, ਗੱਲ ਇਹ ਹੈਗੀ ਜੀ ਕਿ ਅਸਾਂ ਦਾ ਬਿਜ਼ਨਸ ਹੈਗਾ ਬਹੁਤ ਵੱਡਾ, ਸਾਨੇਵਾਲ ਦੇ ਵਿੱਚ, ਕੋਲੀ ਦਾ ਟਾ। ਸਾਨੇਵਾਲ ਚ? ਇਹਨਾਂ ਦਾ ਮਤਲਬ ਆ ਜੀ ਸਾਊਥ ਹਾਲ, ਕਿਉਂਕਿ ਸਾਡੇ ਇੰਗਲੈਂਡ ਦੇ ਵਿੱਚ ਇੱਕ ਬੜੀ ਵੱਡੀ ਕਹਾਵਤ ਮਸ਼ਹੂਰ ਹੈ ਕਿ ਜੇ ਇੰਗਲੈਂਡ ਆ ਕੇ ਸਾਊਥ ਹਾਲ ਹੀ ਰਹਿਣਾ ਤਾਂ ਸਾਹਮਣੇ ਵਾਲਾ ਮਾੜਾ। ਅੱਛਾ, ਇਸ ਕਰਕੇ ਸਾਹਮਣੇ ਵਾਲ ਕਹਿ ਰਿਹਾ ਸੀ। ਐਕਚੁਅਲੀ ਸਾਊਥ ਹਾਲ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਹੋਟਲ ਹੈ, ਤੇ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡੇ ਇਹ ਸਿੰਗਰ ਵੀ ਨੇ। ਵੈਰੀ ਫਨੀ, ਸੋ ਫਨੀ। ਹਾਂ ਬਈ, ਆ ਨਜ਼ਰ ਬੱਟੂ। ਮੈਂ ਤਾਂ ਸੀਰੀ ਆ ਗਈ ਜੀ। ਸੀਰੀ? ਇਸ ਦਾ ਮਤਲਬ ਹੈਗਾ ਜੀ ਅਸਾਂ ਦਾ ਫਰੈਂਡ ਹੈਗਾ, ਫਰੈਂਡ ਬਹੁਤ ਹੀ ਵੱਡਾ ਰੌਕ ਸਟਾਰ ਹੈ ਯੂਕੇ। ਸ਼ੈਰੀ ਸ਼ੈਰੀ ਸ਼ੈਰੀ, ਹਾਂਜੀ ਹਾਂਜੀ, ਯੂਕੇ ਵਿੱਚ ਮੈਨੂੰ ਸ਼ੈਰੀ ਬਾਂਸ ਕਹਿੰਦੇ ਹੈਗੇ। ਅੱਛਾ ਤੁਸੀਂ ਬੈਠੋ, ਔਰ ਮੈਂ ਹੁਣੇ ਆਇਆ। ਬੇਟਾ ਸੁਨਹਿਰੀ, ਪ੍ਰਾਹੁਣਿਆਂ ਨੂੰ ਚਾਹ ਪਾਣੀ ਪਿਆਓ ਬਈ। ਸਾਲਾ ਬਾਂਦਰ ਗਿਆ, ਪਸਾਤੇ ਸੀ, ਬਣ ਤਾਂ ਗਿਆ ਕੰਮ, ਬਣ ਗਿਆ ਬਣ ਗਿਆ। ਗੜੀ ਸਾਈਡ ਤੇ ਲਾ। ਸੋ ਮੇਰੇ ਪਿਆਰੇ ਰਾਬ ਵਰਗੇ ਸਰੋਤਿਓ, ਬੜਾ ਖੁਸ਼ੀ ਦੇ ਮੌਕੇ ਕਿ ਅੱਜ ਆਪਾਂ ਇਕੱਠੇ ਹੋਏ ਹਾਂ। ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਮਾਫੀ ਚਾਹਾਂਗਾ ਕਿ ਕੋਟਕਪੂਰੇ ਦਾ ਫਾਟਕ ਬੰਦ ਹੋਣ ਕਰਕੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਹਾਂ। ਸੋ ਆਓ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਲਈਏ ਉਸ ਰੱਬ ਦਾ ਨਾਂ। ਉਹ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ। ਟੰਬ ਲੰਬ ਲੰਬ ਟੰਬ ਟੰਬ ਲੰਬ ਲੰਬ ਟੰਬ ਟੰਬ ਲੰਬ ਲੰਬ ਟੰਬ 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 ਲੰਬ ਲੰਬ ਟੰਬ 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 ਲੰਬ ਟੰਬ ਲੰਬ ਲੰਬ ਟੰਬ ਟੰਬ ਲੰਬ ਲੰਬ ਹੋ। ਭਾਈ ਸਾਹਿਬ ਤੁਸੀਂ ਬਹਿ ਜਾਓ, ਤੁਹਾਡੀ ਫਰਮਾਇਸ਼ ਵੀ ਪੂਰੀ ਕੀਤੀ ਜਾਊਗੀ। ਟੰਬ ਲੰਬ ਲੰਬ ਟੰਬ ਟੰਬ ਲੰਬ ਲੰਬ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਜਾਜ਼ਤ ਦਿਓ, ਫਿਰ ਕਿਤੇ ਮਿਲਾਂਗੇ। ਜਾ ਭਰਾਵਾ ਤੂੰ, ਲੱਕ ਹਿਲੇ ਮਜਾ ਜਣ। ਹਾਏ, ਚਲੋ ਜੀ, ਮੇਰਾ ਨਾਮ ਸੁਨਹਿਰੀ ਹੈ ਜੀ। ਕਿੰਨਾ ਸੋਹਣਾ ਕੁੜੀ ਹੈ ਯਾਰ। ਬਹੁਤ ਅੱਛਾ ਨਾਮ ਹੈ, ਬਹੁਤ ਅੱਛਾ ਨਾਮ ਹੈ। ਲਓ ਜੀ ਚਾਹ ਪੀਓ, ਮੇਰਾ ਨਾਮ ਸੁਨਹਿਰੀ ਹੈ ਜੀ। ਤੁਹਾਡੀ ਕੀ ਨਾਮ ਹੈਗੀ ਜੀ? ਜੀ ਮੇਰਾ ਨਾਮ ਸੁਨਹਿਰੀ ਹੈ। ਸੁਨਹਿਰੀ? ਹਾਏ ਸੁਨਹਿਰੀ ਸੁਨਹਿਰੀ। ਓਏ 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 ਗੋਲਡਨ ਬਰਾਊਨ, ਓ ਚਾਹ ਉੱਤੇ ਡੋਲਣੀ ਆ, ਬੰਦੇ ਦਾ ਪੁੱਤ ਬਣ ਕੇ ਬਹਿ ਜਾ। ਵੀਰ ਜੀ ਕੀ ਗੱਲਾਂ ਕਰਦਾ ਪਿਆ, ਦੇਖੋ ਮਰਵਾ ਛੱਡੇਗਾ ਕਿਸੇ ਨੂੰ, ਤਸੰਦ ਦੱਸਾਂ ਮੈਂ, ਬੰਦਾ ਬਣ ਕੇ ਬਹਿ ਜਾ। ਚੰਗਾ ਲੱਗਦਾ ਯਾਰ। ਹਾਂ ਇਹ ਹੈ ਜੀ ਮੇਰੀ ਬੇਟੀ ਮਨੀ। ਮਨੀ ਬੇਟੇ, ਇਹ ਨੇ ਸਰਦਾਰ ਕਿਰਪਾਲ ਸਿੰਘ ਜੀ, ਯੂਕੇ। ਸਤਿ ਸ੍ਰੀ ਅਕਾਲ। ਇਹ ਨੇ ਇਹਨਾਂ ਦੇ ਭਤੀਜਾ ਸਾਹਿਬ ਮਿਸਟਰ ਸ਼ੈਂਟੀ। ਸਤਿ ਸ੍ਰੀ ਅਕਾਲ। ਅਸਾਂ ਦੀ ਵੀ ਸਤਿ ਸ੍ਰੀ ਅਕਾਲ ਹੈਗੀ ਜੀ। ਤੇ ਇਹ ਨੇ ਇਹਨਾਂ ਦੇ ਦੋਸਤ ਮਿਸਟਰ ਸ਼ੈਰੀ। ਸਤਿ ਸ੍ਰੀ ਅਕਾਲ।
ਇਸ ਤਰ੍ਹਾਂ ਕਰੋ ਮਨੀ ਬੇਟੇ, ਤੁਸੀਂ ਮਿਸਟਰ ਸ਼ੈਂਟੀ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ। ਆਓ ਸਰਦਾਰ ਕਿਰਪਾਲ ਸਿੰਘ ਜੀ, ਮੈਂ ਤੁਹਾਨੂੰ ਕੋਠੀ ਦਾ ਗੇੜਾ ਲਵਾਉਣਾ। ਆਓ ਜੀ। ਚਾਚਾ ਜੀ, ਗੋ ਗੋ ਐਂਡ ਗੋਨ। ਸਾਲਾ ਚਾਚੇ ਦਾ ਬਾਂਦਰ ਕੋਲ ਅਦਰਕ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਬਾਏ ਚਾਚਾ ਜੀ, ਸਾਰਾ ਘਰ ਦੇਖ ਕੇ ਆਣਾ। ਤੁਸੀਂ ਤੇ ਕੁੜੀਆਂ ਹੀ ਤਰਾਸ਼ ਮਾਨਦੇ ਪਏ ਹੋ। ਜੀ ਮੈਂ ਕੁੜੀ ਹੀ ਤਾਂ ਹਾਂ। ਅਸਾਂ ਦਾ ਮਤਲਬ ਅਸਾਂ ਦਾ ਇੱਕ ਦੋਸਤ ਹੈ ਗੋਲੂ, ਫਰੈਂਡ, ਲੜਕੀਆਂ ਦੀ ਤਰ੍ਹਾਂ ਹੱਸਦਾ। ਮੈਂ ਉਹਨੂੰ ਕਹਿੰਦਾ ਤੇਰੀ ਸਮਾਈਲ ਲੜਕੀਆਂ ਦੀ ਤਰ੍ਹਾਂ, ਤੁਹਾਡੀ ਸਮਾਈਲ ਵੀ ਬਿਲਕੁਲ ਸੇਮ ਟੂ ਸੇਮ ਉਸੇ ਤਰ੍ਹਾਂ ਦੀ ਹੈ। ਜੀ ਡੈਡੀ ਜੀ ਨੇ ਦੱਸਿਆ ਸੀ ਕਿ ਤੁਸੀਂ ਯੂਕੇ ਦੇ ਵਿੱਚ ਬਹੁਤ ਅੱਛੇ ਪੌਪ ਸਿੰਗਰ ਹੋ। ਮਰਵਾਤਾ ਕੇਕਰ ਸਿੰਘ ਜੀ, ਕੁਝ ਗਾ ਕੇ ਸੁਣਾਓ ਨਾ। ਅੱਜ ਮੇਰਾ ਗਲਾ ਖਰਾਬ ਹੈ ਕੁਝ ਤੇ। ਪਲੀਜ਼ ਥੋੜਾ ਜਿਹਾ। ਇੰਨੇ ਪਿਆਰ ਨਾਲ ਕਹਿੰਦੇ ਹੋ ਤੇ ਸੁਣਾਉਣਾ ਹੀ ਪਏਗਾ ਨਾ। ਇੰਨੇ ਪਿਆਰ ਨਾਲ ਤੇ ਅਸਾਂ ਦੀ ਜਾਈ ਨੇ ਕਦੇ ਨੀ ਕਿਹਾ ਅਸਾਂ ਨੂੰ। ਕੋਸ਼ਿਸ਼ ਕਰਾਂਗਾ ਸੁਰ ਲਗਾਉਣ ਦੀ। ਪਹਿਲਾ ਕੰਮਦਾਰ ਜੀ ਦਾ ਗਾਹਕ ਟੰਗਣਾ, ਦੂਜਾ ਕੰਮਦਾਰ ਜੀ ਦਾ ਮਾਫ਼ੀ ਮੰਗਣਾ। ਪਹਿਲਾ ਕੰਮਦਾਰ ਜੀ ਦਾ ਗਾਹਕ ਟੰਗਣਾ, ਦੂਜਾ ਕੰਮ ਛਾਈ ਕੋਲੋਂ ਮਾਫ਼ੀ ਮੰਗਣਾ, ਤੀਜਾ ਕੰਮ ਖਾਣੀ ਚਾਰਿਆਂ ਨੇ ਦੀ ਦਹੀਂ ਤੇ ਚਾੜਨੀ ਸਾਨੂੰ। ਫੈਂਟੀ ਕਿਤੇ ਵਸਿਆ ਫਸਿਆ ਤੁਸਾਂ ਦਾ ਸ਼ੈਂਟੀ ਕਿਤੇ ਵਸਿਆ, ਦਾਰ ਜੀ ਤੁਸਾਂ ਦਾ ਸ਼ੈਂਟੀ ਕਿਤੇ ਵਸਿਆ। ਕਿਕਰ ਸਿੰਘ ਜੀ, ਇਹ ਕਿਕਰ ਸਿੰਘ ਕੌਣ ਹੈ? ਜੀ ਅਸਾਂ ਦੇ ਸਾਹਨੇਵਾਲ ਦਾ ਸਾਊਥ ਹਾਲ ਦਾ ਰਾਈਟਰ ਹੈ। ਅਸਾਂ ਦਾ ਰਿਵਾਜ ਹੈ ਕਿ ਸਾਊਥ ਹਾਲ ਵਿੱਚ ਜੋ ਲਿਖਦਾ ਹੈ ਨਾ ਉਸਦਾ ਨਾਮ ਦੇਣਾ ਹੀ ਪੈਂਦਾ ਹੈ। ਇਹ ਕਿਕਰ ਸਿੰਘ ਨੇ ਗੀਤ ਲਿਖਿਆ, ਤੁਹਾਨੂੰ ਕਿਦਾਂ ਲੱਗਿਆ? ਜੀ ਬਹੁਤ ਵਧੀਆ ਲੱਗਿਆ। ਵਧੀਆ ਲੱਗਿਆ? ਤੁਸੀਂ ਬਹੁਤ ਹੀ ਸੋਹਣਾ ਗਾਉਂਦੇ ਹੋ ਜੀ। ਟੌਚਵੁੱਡ? ਹਾਂਜੀ। ਆ ਜੀ, ਮਾਰੀ ਸੁੱਟਿਆ ਸ਼ੈਂਟੀ ਨੂੰ ਤੁਸਾਂ ਨੇ। ਸਰਦਾਰ ਕਿਰਪਾਲ ਸਿੰਘ ਜੀ, ਤੁਹਾਨੂੰ ਮਕਾਨ ਕਿਦਾਂ ਦਾ ਲੱਗਿਆ? ਕੋਈ ਸ਼ੱਕ? ਮਕਾਨ ਤਾਂ ਫੌਜਾ ਸਿੰਘ ਜੀ ਤੁਹਾਡਾ ਬਿਨਾ ਸ਼ੱਕ ਲਾਜਵਾਬ ਆ। ਵਾਕਿਆ ਹੀ ਬਹੁਤ ਪਸੰਦ ਆਇਆ ਸਾਨੂੰ ਇਹ ਘਰ। ਚਾਚਾ ਜੀ, ਤੁਸਾਨੂੰ ਘਰ ਪਸੰਦ ਆਇਆ ਹੈ? ਸਾਨੂੰ ਮਨੀ ਪਸੰਦ ਹੈ ਤੇ ਮੈਨੂੰ ਸ਼ੈਂਟੀ ਜੀ ਬੜੇ ਪਸੰਦ ਹੈ। ਲਓ ਜੀ, ਫੇਰ ਤਾਂ ਉਹ ਗੱਲ ਹੋ ਗਈ ਭਈ ਮੁੰਡਾ ਕੁੜੀ ਰਾਜ਼ੀ ਤੇ ਕੀ ਕਰੂਗਾ ਕਾਜ਼ੀ। ਤੇ ਸਾਨੂੰ ਹੁਣ ਫੌਜਾ ਸਿੰਘ ਜੀ ਆਗਿਆ ਦਿਓ, ਅਸੀਂ ਆਪਣੇ ਹੋਟਲ ਪਹੁੰਚੀਏ। ਕੀ ਗੱਲ ਕਰਦੇ ਹੋ, ਕਮਾਲ ਕਰਤੀ, ਐਡਾ ਵੱਡਾ ਮਕਾਨ ਕਿਰਪਾਲ ਸਿੰਘ ਜੀ, ਤੁਹਾਨੂੰ ਇੱਥੇ ਹੀ ਰਹਿਣਾ ਪੈਣਾ। ਇਨਕਾਰ ਨਹੀਂ ਕਰਨਾ ਚਾਚਾ ਜੀ, ਹੁਣ ਨਹੀਂ ਇਨਕਾਰ ਕਰਨਾ। ਸਾਲੇ ਕੋਈ ਅਕਲ ਤੋਂ ਕੰਮ ਲੈ ਬੇਕੂ। ਕੋਈ ਨਹੀਂ ਨਹੀਂ ਹੈ, ਮੁੱਕਣ ਨਹੀਂ ਨਹੀਂ ਹੈਗਾ ਹੁਣ। ਇਹ ਸਾਲੇ ਇੱਥੇ ਕੋਈ ਨਵਾਂ ਹੀ ਸੀ, ਆਪਾਂ ਖੜਾ ਕਰਨੀ। ਚਲੋ ਫਿਰ ਮੈਂ ਤੁਹਾਡੇ ਕਮਰਿਆਂ ਦਾ ਬੰਦੋਬਸਤ ਕਰਦਾ ਰਹਿਣ ਦਾ। ਜੀ ਬਿਲਕੁਲ ਸਦਕੇ ਜੀ। ਹੈਲੋ, ਕੰਮ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਸੋਹਣਿਆ? ਪਰੇਸ਼ਾਨੀ? ਓਏ ਅਸੀਂ ਤਾਂ ਸਾਰੇ ਹੁਣ ਫੌਜੀ ਦੇ ਘਰੇ ਹੀ ਸੈੱਟ ਹੋ ਗਏ ਹਾਂ। ਫੌਜੀ ਬਾਰੇ ਤੇ ਫੌਜੀ ਦੇ ਕਾਰੋਬਾਰ ਬਾਰੇ ਪੂਰੀ ਤਰ੍ਹਾਂ ਛਾਣਬੀਣ ਕੀਤੀ ਜਾ ਰਹੀ ਆ। ਉਮੀਦ ਆ ਤੇਰਾ ਕੰਮ ਕੱਲ ਤੱਕ ਚਾਰਾਂ ਨੇ ਹੋ ਜਾਏਗਾ। ਗੁੱਡ, ਵੈਰੀ ਗੁੱਡ, ਬਹੁਤ ਵਧੀਆ। ਓਕੇ। ਓ ਸ਼ੰਟੂ, ਕੀ ਹੈ? ਹੁਣ ਕਿਤੇ ਆਸ਼ਕੀ ਜਿਨਾ ਖੋਬਿਆ ਰਹੀ, ਹੁਣ ਤੈਨੂੰ ਪਤਾ ਅਸੀਂ ਇੱਥੇ ਕੀ ਕੰਮ ਆਏ ਹੋਏ ਆ? ਬਿਲਕੁਲ ਪਤਾ, ਮੈਨੂੰ ਲੁਦਾ ਪੱਠਾ ਸਮਝਿਆ ਤੁਸਾਂ ਨੇ, ਮੈਨੂੰ ਸਭ ਪਤਾ। ਫੌਜੀ ਨੂੰ ਨੂੜ ਕੇ ਮਨੀ ਨੂੰ ਚੁੱਕ ਕੇ ਦਾਰਜੀ ਕੋਲ ਲੈ ਕੇ ਜਾਣਾ। ਦੁਰ ਫਟੇ ਮੂੰਹ ਤੇਰੇ। ਉਹ ਕੀਕਰ ਸਿੰਘ, ਸ਼ੈਂਟੀ, ਮੈਂ ਫੌਜੀ ਬਾਰੇ ਸਾਰਾ ਕੁਝ ਪਤਾ ਕਰ ਰਹੀ ਹੈਗੀ। ਫੌਜੀ ਤੜਕੇ ਤੜਕੇ 5 ਵਜੇ ਸੈਰ ਕਰਨ ਜਾਂਦੀ ਹੈਗੀ, 6 ਵਜੇ ਐਕਸਰਸਾਈਜ਼ ਕਰਦੀ ਹੈਗੀ ਤੇ 7 ਵਜੇ ਫੇਰ ਆਰਾਮ ਕਰਦੀ ਹੈਗੀ। ਫੌਜੀ ਜੇ ਕੱਲ ਮਿਸ ਕਰ ਗਿਆ ਫਿਰ? ਓਏ ਕਮਲਿਆ, ਫੌਜੀ ਡਿਸਪਲਿਨ ਦੇ ਪੱਕੇ ਹੁੰਦੇ ਆ, ਭਾਵੇਂ ਸਾਰਾ ਦਿਨ ਮੀਂਹ ਦੀ ਝੜੀ ਲੱਗੀ ਰਹੇ ਪਰ ਫੌਜੀ 6 ਤੋਂ 7 ਪਾਣੀ ਛਿੜਕਦੇ ਛਿੜਕਦੇ। 1, 2, 3 ਗੁੱਡ ਮਾਰਨਿੰਗ ਫੌਜਾ ਸਿੰਘ ਜੀ। ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਤੁਹਾਨੂੰ ਵੀ ਸ਼ੌਕ ਹੈ ਐਕਸਰਸਾਈਜ਼ ਦਾ? ਸ਼ੌਕ ਤੇ ਬੜੇ ਨੇ ਫੌਜਾ ਸਿੰਘ ਜੀ, ਪਰ ਉਹਨਾਂ ਨੂੰ ਪੂਰਾ ਕਰਨ ਲਈ ਨਹੀਂ ਸਮਾਂ ਹੈ ਮੇਰੇ ਕੋਲ। ਖੈਰ, ਇਹ ਦੱਸੋ, ਤੁਸੀਂ ਕਦੇ ਅੱਖਾਂ ਬੰਦ ਕਰਕੇ ਲੰਮਾ ਸਾਹ ਖਿੱਚਣ ਵਾਲੀ ਐਕਸਰਸਾਈਜ਼ ਕੀਤੀ ਆ? ਮੈਂ ਤਾਂ ਕਿਰਪਾਲ ਸਿੰਘ ਜੀ ਅਕਸਰ ਸਾਹ ਲੰਮਾ ਲੈਂਦਾ ਰਹਿੰਦਾ, ਛੱਡਦਾ ਰਹਿੰਦਾ। ਬਸ ਇੱਥੇ ਹੀ ਤਾਂ ਮਾਰ ਖਾਂਦੇ ਹੋ। ਉਹ ਲੰਮਾ ਸਾਹ ਲੈਣਾ, ਛੱਡਣਾ ਨਹੀਂ। ਤੇ ਫਿਰ ਛੱਡਣਾ ਕਦੋਂ? ਜਦੋਂ ਮੈਂ ਦੱਸਾਂਗਾ। ਇਸ ਦੇ ਨਾਲ ਕੁਝ ਫਾਇਦਾ ਹੋਊ? ਕਿਸੇ ਨੂੰ ਤਾਂ ਹੋਊਗਾ ਜੀ। ਆ ਜਿਹੜਾ ਮੂੰਹ ਚ ਗੁਣਗੁਣ ਕੀਤਾ, ਇਹ ਵੀ ਕਰਨਾ ਪੈਣਾ? ਨਹੀਂ ਨਹੀਂ, ਇਹ ਤੁਹਾਨੂੰ ਕਰਨ ਦੀ ਲੋੜ ਨਹੀਂ, ਮੈਂ ਤੁਹਾਡੀ ਰਿਹਰਸਲ ਕਰਾਉਣਾ। ਤੁਸੀਂ ਸਾਹਮਣੇ ਵੇਖੋ, ਹੱਥ ਥੱਲੇ ਕਰੋ,
अखा बंद करो, लम्मा सा लाओ खिचो, रोकी रखो, जब तक मैं नहीं कहना रोकी रखो, हुण सा छड्डो, छड्डो 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 छड्डो, लम्मा सा खिचो। ਚਾਦਰ ਲਪੇਟਾ ਸਰ ਮੈਨੂੰ ਇਹਦਾ ਵਿੱਚ ਲਪੇਟ ਲਿਓ ਫਾਦਰ ਲਾ ਨੂੰ ਕੁਝ ਹੋਏਗਾ ਤੇ ਨਹੀਂ ਨਾ ਬਹਿ ਜਾ ਵੱਡਾ ਜਵਾਈ ਰਾਜਾ ਇਹ ਚੁੱਕੋ ਪਕੜ ਲਓ ਪਕੜ ਧਿਆਨ ਨਾਲ ਚੁੱਕਣਾ ਫਾਦਰ ਲਾ ਨੂੰ ਕੁਝ ਹੋ ਨਾ ਜਾਏ ਦੋ ਨੈਣ ਨਚੀਲੇ ਉਹ ਮਰ ਕੇ ਚਮਕਾ ਗਿਆ ਨੈਣ ਨਚੀਲੇ ਨੈਣ ਬੜਾ ਕੁਝ ਕਹਿਣ ਰੁਕੋ 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 ਆ ਪੰਡ ਬਣ ਕੇ ਕਿੱਥੇ ਲੱਗ ਚੱਲੇ ਐ ਨਾ ਗਾਰਡਨ ਦੇ ਵਿੱਚ ਅਜਗਰ ਮਿਲਦਾ ਫਿਰਦਾ ਸੀ ਬੜੀ ਬੁਰੀ ਤਰ੍ਹਾਂ ਦੇ ਨਾਲ ਅਸੀਂ ਤਿੰਨਾਂ ਨੇ ਬੜੀ ਮੁਸ਼ਕਲ ਦੇ ਨਾਲ ਪਕੜਿਆ ਇਹਨੂੰ ਨੂੜ ਕੇ ਲੈ ਕੇ ਚੱਲੇ ਸੁੱਟਣ ਦੇ ਲਈ ਅਜਗਰ ਮੈਂ ਕਦੇ ਦੇਖਿਆ ਨਹੀਂ ਮੈਂ ਦੇਖਣਾ ਦੇਖਣਾ ਸਾਲਾ ਨਿਵਲਾ ਜਿਹਾ ਗੰਡੋਆ ਕਦੇ ਦੇਖਿਆ ਨਹੀਂ ਅਜਗਰ ਦੇਖਣ ਨੂੰ ਫਿਰਦਾ ਪਹਿਲਾਂ ਗੰਡੋਆ ਦੇਖੀਦਾ ਫਿਰ ਸੱਪ ਦੇਖੀਦਾ ਫਿਰ ਅਜਗਰ ਦੇਖੀਦਾ ਸਟੈਪ ਬਾਈ ਸਟੈਪ ਚੀਜ਼ਾਂ ਦੇਖੀਦੀਆਂ ਚੱਕੋ ਚੱਕੋ ਸ਼ਾਬਾਸ਼ ਸ਼ਾਬਾਸ਼ ਓਏ ਤਾਂ ਸਾਡੇ ਸਰਦਾਰ ਜੀ ਨੇ ਓ ਤੁਸੀਂ ਤਾਂ ਕਿਤੇ ਅਜਗਰ ਆ ਕੇਸ ਰਾਮ ਜਾਦੇ ਨੇ ਕਿਹਾ ਕਿ ਅਜਗਰ ਹੈ ਤੂੰ ਕਿਹਾ ਮੈਂ ਕਿਹਾ ਸੀ ਅਜਗਰ ਅੱਜ ਅਗਰ ਅਸੀਂ ਮੌਕੇ ਤੇ ਨਾ ਜਾਂਦੇ ਤਾਂ ਤੇਰੇ ਅਫਸਰ ਨੇ ਤੇਰੇ ਸਾਹਿਬ ਨੇ ਫੌਜੀ ਨੇ ਮਰ ਜਾਣਾ ਸੀ ਦਰਦ ਨਾਲ ਮਿਲਦੇ ਫਿਰਦੇ ਸਨ ਅਸੀਂ ਉੱਪਰ ਦੀ ਆ ਗਏ ਤੇ ਚਲੋ ਡਾਕਟਰ ਕੋਲ ਲੈ ਚਲਦੇ ਆ ਲਾਜ਼ਰੀ ਲੈ ਕੇ ਚੱਲੇ ਸਨ ਤੇ ਤੁਸੀਂ ਉਹਨੂੰ ਬੰਦਿਆਂ ਵਾਂਗੂ ਲੈ ਕੇ ਚੱਲੋ ਪਸ਼ੂਆਂ ਵਾਂਗੂ ਨੂੜਕੇ ਕੋਲ ਲੈ ਕੇ ਚੱਲੇ ਸਾਰੇ ਚੁੱਕੋ ਨੂੰ ਸਾਰੇ ਯੂਕੇ ਦੇ ਵਿੱਚ ਐਦਾਂ ਹੀ ਐਮਰਜੈਂਸੀ ਕੇਸ ਲੈ ਕੇ ਜਾਂਦੇ ਹੈਗੇ ਤੂੰ ਚੁੱਪ ਕਰ ਚੁੱਕੋ ਇਹਨਾਂ ਨੂੰ ਡਾਕਟਰ ਘਰ ਆ ਕੇ ਇਹਨਾਂ ਦਾ ਚੈੱਕਅਪ ਕਰੇਗਾ ਚੁੱਕੋ ਚਲੋ ਚਲੋ ਚੱਕ ਲਓ ਯਾਰ ਠਹਿਰੋ 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 ਮੂਰੇ ਕਾਨੀ ਮੈਨੂੰ ਲੱਗਣਾ ਪੈਣਾ ਖਵਾ ਛੱਡੋ ਨਾ ਖਾ ਨਾ ਲਿਓ ਜੀ ਕਿਉਂ ਜੀ ਨਕਲੀ ਨੇ ਨਕਲੀ ਨੇ ਤੁਸਾਂ ਨੇ ਵੀ ਦਾਰਜੀ ਵਾਲੀ ਗੱਲ ਕਰ ਛੱਡੀ ਹੈ ਅਸਾਂ ਦੇ ਦਾਰਜੀ ਦਾ ਵੀ ਇਸੇ ਤਰ੍ਹਾਂ ਦਾ ਸੁਭਾਅ ਹੈ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਅਸਾਂ ਦੇ ਦਾਰਜੀ ਮੂੰਗੀ ਦੀ ਦਾਲ ਦੇ ਵਿੱਚ ਨਕਲੀ ਹੱਡੀ ਪਾ ਛੱਡਦੇ ਨੇ ਤੇ ਕਹਿ ਛੱਡਦੇ ਨੇ ਦਾਲ ਚਿਕਨ ਖਾ ਰਿਹਾ ਕਿਤੇ ਸਰ ਨਾ ਜਾਵੇ ਲਿਓ ਮੈਂ ਸੂਟ ਦਿੰਦੀ ਹੈਗੀ ਤੁਸੀਂ ਤਾਂ ਕਿੰਨੇ ਚੰਗੇ ਹੋ ਮਰ ਜਾਵੋ ਗੁਰਖਾ ਕੇ ਤੁਹਾਡਾ ਥੈਂਕ ਯੂ ਕਹਿਣਾ ਸੀ ਥੈਂਕ ਯੂ ਹਾਂਜੀ ਕਾਦੇ ਲਈ ਤੁਸੀਂ ਮੇਰੇ ਡੈਡੀ ਜੀ ਦੀ ਜਾਨ ਬਚਾਈ ਓਹੋ ਉਹਦੇ ਲਈ ਥੈਂਕ ਯੂ ਕਾਦਾ ਜੀ ਜੇ ਉਦੋਂ ਤੁਸੀਂ ਨਾ ਹੁੰਦੇ ਤਾਂ ਪਤਾ ਨਹੀਂ ਡੈਡੀ ਜੀ ਦਾ ਕੀ ਹੋਣਾ ਸੀ ਥੈਂਕ ਯੂ ਓਹੋ ਮਨੀ ਜੀ ਪਿਆਰ ਦੇ ਵਿੱਚ ਨਾ ਥੈਂਕ ਯੂ ਕਹੀਦਾ ਏ ਨਾ ਸੋਰੀ ਕਹੀਦੀ ਏ ਹੁਣ ਤੁਸਾਂ ਦੇ ਦਾਰਜੀ ਤੇ ਅਸਾਂ ਦੇ ਦਾਰਜੀ ਹੀ ਕੀ ਗੱਲ ਏ ਨਾ ਦਿਲ ਕਰੇ ਵੇਖਦੀ ਰਵਾ ਕਿੰਨੀ ਸੋਹਣਾ ਤੈਨੂੰ ਉਹ ਕਿੰਨੀ ਸੋਹਣਾ ਤੈਨੂੰ ਸੁਨਹਿਰੀ ਤੂੰ ਅੰਦਰ ਚੱਲ ਮੈਂ ਬਰਤਾਂਦੀ ਹੈਗਾ ਹੁਣ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਜਨਮ ਜਨਮ ਕੀ ਸਾਥ ਹੈਗੀ ਹੈਕ ਵਿੱਚ ਹੀ ਪਾਣਾ ਕਿਉਂ ਤੂੰ ਖਾਣੇ ਨਹੀਂ ਹੈਗੀ ਜਨਮ ਜਨਮ ਦਾ ਸਾਥ ਹੈ ਨਾ ਸਾਥ ਸਾਥ ਖਾਵਾਂਗੇ ਨਾ ਪਿਆਰ ਨਿਭਾਵਾਂਗੇ ਨਾ ਸਰਦਾਰ ਕਿਰਪਾਲ ਸਿੰਘ ਜੀ ਤੁਹਾਡੀ ਐਕਸਰਸਾਈਜ਼ ਨੇ ਤਾਂ ਅੱਜ ਮੈਨੂੰ ਦਸਵਾਂ ਦਵਾਰ ਦਿਖਾ ਦਿੱਤਾ ਓਏ ਫੌਜਾ ਸਿੰਘ ਜੀ ਬੱਕਰੇ ਦੀ ਮਾਂ ਕਾਤਾ ਖੈਰ ਮਨਾਊ ਕਦੇ ਫੇਰ ਦਿਖਾ ਦੇਵਾਂਗੇ ਕੋਈ ਸ਼ੱਕ ਵੈਰੀ ਫਨੀ ਵੈਰੀ ਫਨੀ ਅੱਛਾ ਸ਼ੈਂਟੀ ਬੇਟੇ ਸ਼ਾਦੀ ਤੋਂ ਬਾਅਦ ਫਿਰ ਕਿੱਥੇ ਸੈਟਲ ਹੋਣ ਦਾ ਇਰਾਦਾ ਹਾਦਰਿਲਾ ਸਾਹਿਬ ਪਹਿਲੇ ਸੋਚਿਆ ਸੀ ਕਿ ਦਾਰਜੀ ਨਾਲ ਯੂਕੇ ਦੇ ਵਿੱਚ ਮਦਦ ਕਰਾਵਾਂਗਾ ਬਿਜ਼ਨਸ ਦੇ ਵਿੱਚ ਪਰ ਹੁਣ ਸੋਚਿਆ ਕਿ ਤੁਸਾਂ ਦੀ ਕੰਪਨੀ ਐਫ ਸੀਰੀ ਦੇ ਵਿੱਚ ਹੈਲਪ ਕਰਾਵਾਂਗਾ ਇਧਰ ਮਾਰਕੀਟਿੰਗ ਮੈਂ ਖਾਲਾ ਨਹੀਂ ਹੈਗੀ ਨਹੀਂ ਦੇਖੋ ਸ਼ੈਂਟੀ ਬੇਟਾ ਜੀ ਇਸ ਬਿਜ਼ਨਸ ਵਿੱਚ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਪਾਇਰੇਸੀ ਦਾ ਇੰਨਾ ਬੋਲਬਾਲਾ ਇੰਨਾ ਬੋਲਬਾਲਾ ਕਿ ਸਾਡੇ ਮੁਲਕ ਦੀ ਮਿਊਜ਼ਿਕ ਇੰਡਸਟਰੀ ਹੁਣ ਮਰਨ ਕਿਨਾਰੇ ਹੋਈ ਪਈ ਹੈ ਮਿਹਨਤਾਂ ਅਸੀਂ ਕਰਦੇ ਹਾਂ ਔਰ ਮੌਜਾਂ ਲੁੱਟਦੇ ਨੇ ਨਕਲੀ ਕੈਸਟਾਂ ਬਣਾਉਣ ਵਾਲੇ ਯੂ ਮੀਨ ਸਟੂਪਰ ਪਾਇਰੇਟਸ ਯੈਸ ਹੈਲੋ ਸੀਡੀ ਇੱਟਾਂ ਪੱਟ ਬੋਲਦਾ ਅੱਜ ਕੰਮ ਕਿਉਂ ਨਹੀਂ ਹੋਇਆ ਸੋਹਣਿਆ ਉਹਨਾਂ ਜੀ ਅੱਜ ਜ਼ਰੂਰੀ ਕੰਮ ਹੋ ਗਿਆ ਸੀ ਜ਼ਰੂਰੀ ਕੰਮ ਵਾਲੀ ਅਰਜ਼ੀ ਬਾਅਦ ਚ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਹੋ ਕਿੱਥੇ ਕੀ ਦੱਸੀਏ
ਅਸੀਂ ਤਾਂ ਫੜੇ ਗਏ। ਕੀ? ਮੇਰਾ ਮਤਲਬ ਸੀ, ਪਰ ਬਚ ਗਏ, ਬਚ ਗਏ। ਫੌਜੀ ਕਿੱਥੇ ਹੈ? ਕੀ ਦੱਸੀਏ, ਅੱਖਾਂ ਸਾਹਮਣੇ ਆ ਜੀ। ਸਬਰ ਦਾ ਬਹੁਤਾ ਇਮਤਿਹਾਨ ਨਾ ਲੈ ਸੋਹਣਿਆ, ਸੀਡੀ ਨੂੰ ਬਹੁਤਾ ਇੰਤਜ਼ਾਰ ਕਰਨ ਦੀ ਆਦਤ ਨਹੀਂ। ਕਿਹਦਾ ਫੋਨ ਸੀ ਸਰਦਾਰ ਕਿਰਪਾਲ ਸਿੰਘ ਜੀ? ਆਪਣੇ ਸ਼ੰਟੀ ਸ਼ੰਟੀ ਦੇ ਦਾਰਜੀ ਦਾ, ਯੂਕੇ ਤੋਂ, ਯੂਕੇ ਤੋਂ, ਯੂਕੇ ਤੋਂ। ਤੇ ਮੇਰੇ ਨਾਲ ਗੱਲ ਕਰਵਾ ਦੇਣੀ ਸੀ ਉਹਨਾਂ ਨੇ। ਕੋਈ ਕੋਈ ਚਿੰਤਾ ਨਾ ਕਰੋ, ਸਬਰ ਕਰੋ, ਸਾਕਸ਼ਾਤ ਦਰਸ਼ਨ ਕਰਵਾਵਾਂਗੇ। ਸ਼ੈਰੀ, ਹਾਂ ਸੁਨਹਿਰੀ, ਮੇਰੀ ਸਾਰੀ ਉਮਰ ਭਾਂਡੇ ਮਾਂਜਦੇ ਹੀ ਨਿਕਲ ਜਾਣੀ ਹੈ। ਬਸ ਥੋੜੇ ਦਿਨਾਂ ਦਾ ਗੱਲ ਰਹਿ ਗਿਆ ਸੁਨਹਿਰੀ, ਤੈਨੂੰ ਮੈਂ ਮਾਲਕ ਤੋਂ, ਮੇਰਾ ਮਤਲਬ ਨੌਕਰ ਤੋਂ ਮਾਲਕ ਬਣਾ ਦੇਣੀ ਹੈਗੀ, ਉੱਤਰਕਾਰਸ਼ੀਲ ਜਾ ਕੇ, ਮੇਰਾ ਮਤਲਬ ਯੂਕੇ ਲਿਜਾ ਕੇ। ਸੱਚੀ ਸ਼ੈਰੀ? ਹਾਂ ਸੁਨਹਿਰੀ। ਸ਼ੈਰੀ, ਸੁਨਹਿਰੀ, ਸ਼ੈਰੀ, ਸੁਨਹਿਰੀ, ਸ਼ੈਰੀ, ਸੁਨਹਿਰੀ, ਸੁਨਹਿਰੀ। ਕਿਵੇਂ ਸਾਲੇ ਘੋੜੇ ਵੇਚ ਕੇ ਸੁੱਤੇ ਪਏ ਆ? ਸਾਰੀ ਪੋਲ ਖੋਲ ਕੇ ਰੱਖ ਦੇਣੀ ਸੀ, ਹੁਣ ਮੈਂ ਸੀਡੀ ਨੂੰ ਕੀ ਜਵਾਬ ਦਊਂਗਾ? ਭਾਜੀ ਹੁਣ ਤੁਸੀਂ ਜਵਾਬ ਹੀ ਦੇ ਛੱਡੋ। ਪੱਕਾ? ਚੰਗਾ ਬੜਾ ਮਨ ਲੱਗ ਗਿਆ, ਜਵਾਬ ਦੇ ਦੋ, ਮਨ ਨਾਲ ਦਿਲ ਲਾ ਗਿਆ ਬਸ। ਪੱਕਾ ਦੇ ਦਾਂ ਜਵਾਬ? ਮੇਰਾ ਵੀ ਦਿਲ ਲੱਗ ਗਿਆ। ਫਿਰ ਮੈਂ ਫੌਜੀ ਨੂੰ ਜਾ ਕੇ ਕਹਿ ਦਿੰਦਾ ਕਿ ਅਸੀਂ ਯੂਕੇ ਤੋਂ ਕੋਈ ਨਹੀਂ ਆਏ, ਅਸੀਂ ਆਪਣੇ ਪੁਲਿਸ ਤੋਂ ਭੱਜੇ ਹੋਏ ਆ, ਮੁਲਜ਼ਮ ਜੇਲ੍ਹ ਦੇ ਵਿੱਚੋਂ ਸੀਡੀ ਦੇ ਬੰਦੇ ਆ ਤੇ ਤੁਹਾਨੂੰ ਕਿਡਨੈਪ ਕਰ ਲਈ ਆਏ। ਭਾਜੀ, ਭਾਜੀ ਇਸ ਤਰ੍ਹਾਂ ਨਾ ਕਰਨਾ, ਇਸ ਤਰ੍ਹਾਂ ਨਾ ਕਰਨਾ। ਫੌਜੀ ਨੇ ਗੋਲੀ ਮਾਰ ਛੱਡਣੀ ਹੈ, ਮਾਨੀ ਦੇ ਸਾਹਮਣੇ ਅਸਾਂ ਦੀ ਚਾਰਾਨੇ ਦੀ ਇੱਜ਼ਤ ਨਹੀਂ ਰਹਿਣੀ, ਇਸ ਤਰ੍ਹਾਂ ਨਾ ਕਰਨਾ ਪਲੀਜ਼। ਭਾਜੀ ਸੁਨਹਿਰੀ ਨੂੰ ਮੈਂ ਕੀ ਬੂਥਾ ਦਿਖਾਣੀ ਹੈਗੀ ਫੇਰ? ਹੁਣ ਆਇਆ ਨਾ ਲੈਣ ਤੇ? ਹਾਂ ਇੱਧਰ ਆਓ ਨਾ, ਆਰਾਮ ਨਾਲ ਫਰਮਾਨ ਨਾਲ ਬੈ ਗੱਲ ਕਰੋ ਨਾ। ਤੁਸੀਂ ਤਾਂ ਇਹ ਵੀ ਭੁੱਲ ਗਏ ਕਿ ਅਸੀਂ ਇੱਥੇ ਕੀ ਕੰਮ ਆਇਆ। ਆਪਾਂ ਕਿਹੜੀ ਕੰਮ ਆਏ ਸੀ? ਮੂਰਖ, ਆਪਾਂ ਨਾ ਇੱਥੇ ਲੜਕੀ ਦੇ ਰਿਸ਼ਤੇ ਲਈ ਆਏ ਸੀ, ਮਨੀ ਨਾਲ ਗੱਲਬਾਤ ਪੱਕੀ ਹੋ ਗਈ, ਡੋਨਟ ਵਰੀ। ਅਸੀਂ ਮਨੀ ਦੇ ਰਿਸ਼ਤੇ ਲਈ ਆਏ, ਅਸੀਂ ਫੌਜੀ ਨੂੰ ਕਿਡਨੈਪ ਕਰਨ ਆਏ ਸੀ, ਤੇ ਜਦ ਤੱਕ ਉਹ ਚਮੱਖਾ ਨੌਕਰ ਇਸ ਘਰ ਦੇ ਵਿੱਚ ਆ, ਅਸੀਂ ਫੌਜੀ ਨੂੰ ਕਿਡਨੈਪ ਨਹੀਂ ਕਰ ਸਕਦੇ। ਫਿਰ ਸੁਨੱਖੇ ਦਾ ਕੀ ਕਰੀਏ? ਕਰਨਾ ਕੀ ਆ, ਜੇ ਚਾਹੁੰਦੇ ਹੋ ਫੌਜੀ ਨੂੰ ਕਿਡਨੈਪ ਕਰਨਾ ਤਾਂ ਸਭ ਤੋਂ ਪਹਿਲਾਂ ਸੁਨੱਖੇ ਨੂੰ ਆਪਣੇ ਵੱਲ ਕਰਨਾ ਪਊਗਾ। ਕਿਦਾਂ? ਮੈਨੂੰ ਸੁਨੱਖੇ ਬਾਰੇ ਇੱਕ ਗੱਲ ਦੀ ਪਤਾ ਲੱਗੀ ਹੈਗੀ ਕਿ ਉਹਨੂੰ ਗਾਉਣ ਦੀ ਬੜੀ ਸ਼ੌਕ ਹੈ। ਬਸ ਫਿਰ ਤਾਂ ਹੋ ਗਈ ਸਾਰੀ ਗੱਲ ਕਲੀਅਰ। ਮੈਨੂੰ ਲੱਗਦਾ ਚਮੱਖਾ ਆ ਗਿਆ, ਆਪਾਂ ਝੂਠੀਆਂ ਮੂਠੀਆਂ ਉਹਦੀਆਂ ਤਰੀਫਾਂ ਦੇ ਪੁਲ ਵਰਨੇ ਸ਼ੁਰੂ ਕਰ ਦਿੰਦੇ। ਤੁਸਾਂ ਤੋਂ ਸ਼ੁਰੂ ਕਰਦੇ, ਤੁਸੀਂ ਬੜੇ ਤਾਰੀਫ ਕਰੋ ਯਾਰ। ਸ਼ੰਟੀ ਜੀ, ਬਾਹਰ ਕੱਲ ਮੈਂ ਚਮੱਖੇ ਨੂੰ ਗਾਉਂਦੇ ਨੂੰ ਸੁਣਿਆ। ਆਹਾ, ਸਰਸਵਤੀ ਮਾਂ ਦੀ ਇੰਨੀ ਕਿਰਪਾ, ਪਰਮਾਤਮਾ ਨੇ ਉਹਨੂੰ ਇੰਨਾ ਟੈਲੈਂਟ ਦਿੱਤਾ, ਬਿਊਟੀਫੁਲ ਵੌਇਸ ਯਾਰ। ਯਾਰ ਇੰਨੀ ਅੱਛੀ ਸਿੰਗਰ ਹੈਗੇ ਵਿਚਾਰਾ, ਫੌਜੀ ਦੇ ਘਰ ਪਾਂਡੇ ਮਾਂਜਦੀ ਹੈ। ਵੀਰ ਜੀ ਸੁਨੱਖਾ ਜਿੰਨਾ ਸੋਹਣਾ ਗਾਉਂਦਾ ਹੈ ਨਾ, ਮੈਂ ਤੇ ਕਹਿੰਦਾ ਹੁਣ ਯੂਕੇ ਆਪਣੇ ਨਾਲ ਹੀ ਲੈ ਚੱਲਦੇ ਆ, ਉੱਥੇ ਲਿਜਾ ਕੇ ਰਿਕਾਰਡ ਕਰਾਂਗੇ ਉਹਦੀ ਕੈਸਟ, ਚਾਰ ਆਨੇ ਦਾ ਬਿਜ਼ਨਸ ਆਪਾਂ ਕਰਾਂਗੇ, ਲੱਖਪਤੀ ਹੋ ਜਾਏਗਾ ਜੀ। ਹਾਂਜੀ ਬਾਸ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ, ਪਰ ਇਸ ਤੇ ਕੁਝ ਵੀ ਨਹੀਂ ਕਿਹਾ। ਇਹ ਸਾਰਾ ਕੁਝ ਸੁਣ ਲਿਆ? ਨਹੀਂ, ਤੁਸੀਂ ਮੈਨੂੰ ਪਤਾ ਮੇਰੇ ਬਾਰੇ ਕਿੰਨਾ ਸਹੀ ਸੋਚਦੇ ਹੋ, ਇਹ ਤਾਂ ਮਈਆਂ ਉੱਲੂ ਦਾ ਪੱਟਾ ਸੀ ਜਿਹਨੇ ਸਾਰੀ ਜ਼ਿੰਦਗੀ ਫੌਜੀ ਪਿੱਛੇ ਰੋਲਦੀ ਆ, ਤੇ ਮੈਨੂੰ ਤੁਸੀਂ ਦੱਸੋ ਮੈਂ ਸਿੰਗਰ ਬਣਨ ਲਈ ਕੁਝ ਵੀ ਕਰ ਸਕਦਾ? ਤੂੰ ਕੁਝ ਵੀ ਕਰ ਸਕਦਾ? ਹਾਂਜੀ। ਫਿਰ ਤਾਂ ਗੱਲ ਹੋ ਗਈ ਕਲੀਅਰ। ਇੱਕ ਉਂਗਲੀ ਅਨੇਕ ਉਂਗਲੀ, ਬਣ ਗਿਆ ਮੁੱਠੀ, ਬਣ ਗਿਆ ਕਾਰ। ਚੁੱਪ ਚੁੱਪ, ਹੋਲੀ ਹੋਲੀ ਮਾਰਨਾ, ਹੋਲੀ ਮਾਰਨਾ, ਆ ਜਾ ਆ ਜਾ, ਚੁੱਪ ਹੋਲੀ। ਚਮਕਿਆ ਆ ਲੈ ਰੁਮਾਲ, ਇਹਦੇ ਤੇ ਬੇਹੋਸ਼ੀ ਦੀ ਦਵਾ ਛਿੜਕੀ ਹੋਈ ਆ, ਸਮਝ ਲੈ ਮਿੰਟਾਂ ਸਕਿੰਟਾਂ ਦੇ ਵਿੱਚ ਸੌਂਕੇ ਫੌਜੀ ਬੇਹੋਸ਼, ਸਮਝ ਗਿਆ ਨਾ ਹੁਣ? ਸੌਂਕੇ ਦੇਰ ਮਾ ਫਿੱਟੇ ਬੁੱਤੇਰੇ, ਤੂੰ ਸੌਂਕੇ ਆ ਬੇਹੋਸ਼ ਹੋਣਾ, ਜੇ ਤੂੰ ਬੇਹੋਸ਼ ਹੋ ਗਿਆ ਉਹਨੂੰ ਬੇਹੋਸ਼ ਕੌਣ ਕਰੂ? ਇੱਕ ਮਿੰਟ, ਉੱਠ ਜਾ, ਉੱਠ ਜਾ, ਇੱਕ ਮਿੰਟ। ਤੀਰ ਤੀਰ ਛੋਲੀ ਕੋਪਰ ਨਾ ਖਾਟਾ ਨਾ ਕੋਈ। ਹੋ ਗਿਆ ਕੰਮ, ਹੋ ਗਿਆ ਕੰਮ, ਕੰਮ ਤੇ ਹੋ ਗਿਆ, ਪਰ ਅਜੇ ਟਾਈਮ ਲੱਗੂ। ਉਹ ਨਹੀਂ ਭਰਾਵਾ, ਇਹ ਕਲੋਰੋਫੋਮ ਹੈਗੀ, ਬੰਦੇ ਨੂੰ ਮਿੰਟਾਂ ਸਕਿੰਟਾਂ 'ਚ ਬੇਹੋਸ਼ ਕਰ ਦਿੰਦੀ। ਉਹ ਜੇ ਪੈਰਾਂ ਤੇ ਰੱਖੇ ਤਾਂ ਵੀ ਮੰਤਰਾ ਜਿਹਾ ਪੈਰ ਬੇਹੋਸ਼ ਕਰਨੇ ਆ? ਓਏ ਮੂਰਖਾ, ਕੱਲੇ ਪੈਰ ਬੇਹੋਸ਼ ਨਹੀਂ ਕਰਨੇ, ਪੂਰਾ ਸਰੀਰ ਬੇਹੋਸ਼ ਕਰਨਾ। ਚੱਲ ਪੈਰਾਂ ਤੋਂ ਚੱਕ ਕੇ ਮੂੰਹ ਤੇ ਰੱਖ ਗਿਆ। ਇੱਕ ਮਿੰਟ, ਚੱਲ ਬਚਾ ਕੇ ਮੂੰਹ ਤੇ। ਚੁੱਪ, ਬਸ ਘਰ ਕਾਨੀ, ਘਰ ਕਾਨੀ, ਘਰ ਕਾਨੀ। Mm-hmm.
गया काम मन ते हो गया ना मुंह ते रुमाल पिया पर फौजी अजे भी सा लैंदा ही फौजी मारना थोड़ा कल्ला बेहोश करना मेनू लगता फादर इन लॉ बेहोश हो गए ने कराड़ियां दी आवाज बंद हो गई हुन चक लेंदे चक लो रब दा ना लेके फौजी रम बढ़ गई रोड के लग जाओ जे गड्डी इथे स्टार्ट कीती ते मनी बीबी ने जाग जाना ठीक है मैं चलदा ठीक है गल भरावा ओदी जे मनी जाग पई तां सपना टुट जाना जे सपना टुट गया तां असां टुट जाना यार तैनू अपनी मनी दी पई है सानू अपनी मनी दी पई है यार बंद कर इनू चलो धक्का लाओ इनू यार जल्दी करो चलो तेरे लादा साना घुट जावे के अंदर जोर लगा के चलो जल्दी जल्दी धक्का होली लगा ना चलो 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 ओया सानू पैर नीचे दे छटना तू ठीक है चलो मोड़ कट मोड़ चलो वो था के यार वो था के धीरे ब्रावा इन्ना धक्का ते कदे लूना नू नहीं लगाया सने बहुत दूर आ गए मिनट रुको 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 ओ यार शंटू आपा मूर्ख नहीं हैगे क्यों वीर जी 2 मील तो धक्का लाउंदे आ रहे हैं अपने दिमाग च नहीं आया भी आपा गड्डी स्टार्ट करनी है ओ भोली गए सी वीर जी चल फिर गड्डी चला के मजाका करदे पयो वीर जी असी ते सीधी सीधी लूना मसा चाहिदी है छोटा भाई राजू धक्का लगांदा मैं ते झूठे लेना बस तुसी चलाओ रामू जी मैं ता कदी बल्द गड्डी नहीं चलाई हैगी यार कदी एक गड्डी किथे चलानी हैगी मैं गड्डी तो हुण की कर सी तुहानू चलानी पै गई यार ओए मैं सीधा साधा अमली बंदा मैं साले घरे पजारो रखी हुई मैनू किथे चलानी आउंदी वीर जी किसे नू भी नहीं आंदी नहीं यार के गल करदे हो ओ एक मिनट यार सोचण दियो सोचो की कर पाजी तुहाडी दिमाग मुंह च लगी हैगी सॉरी यार चल आईडिया किडनैपिंग कैंसल चलो वापस घरे धक्का ला के ए ठीक कीता मनी सामने असां दी इज्जत बच जाएगी चलो चलो फिर से बैग गिर पै गए हुन तो लौट के बुद्धू घर को आ गए दार जी दा साना घुट गया होवे अंदर किते गौर नू प्यारे ना हो गए हुन खोलो खोलो जल्दी चलो शंटू चक तेरी मनी ना जाग पे जल्दी कर यार मार कर मनी जाग ना पाई होवे वीर जी सुनखे नु बुला लो यार फौजी नु तो ले जाओ अंदर फोन चुको ओए तेरे सुनाई ओए फोन चुको ओ कादा यार जदन दिया गीटी जी दत्तिया ना आप चुप कर दिया ना सानू सौण दंदी आ हेलो हेलो की बनया मेरे काम दा ओ बिड़ी पाजी बहुत इंतजार करवा रहे रात बीत गई अपनी बस फैक्ट्री च तोड़ा इंतजार कर दिया ना तुसी आए ना ही तोड़ा कोई फोन की दसी है असी फौजी नू चुकन विच दूसरी बारी भी नाकाम हो गए बाला बिल्कुल सही कहंदा सी कि ये बंदे साडे किसे काम दे नहीं पाजी प्लीज सानू एक मौका होर दियो असी ना बबो तुहानू काम सारा सिरे लाके दिखावांगे बस 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 लगदा मैनू ही कुछ करना पैणा वीर जी किदा फोन से तेरे फुफड़ दा की कहंदे सी दिल्ली वाले फुफा जी ओए दिल्ली वाले फुफड़ नहीं सीडी इटा पड़दा फोन सी की कहंदे सी सीडी इटा पुछ कहंदा सी जे तुसी फौजी नु मेरे कोल चाक के लियाए ता सब जो तुहाडी गरीबी धोती जाऊ जे फौजी ना झुकी गया ता फिर पुत गरीब धोते जानगे मनी जी असा बारे सोच दे पायो नहीं मैं पीपी बारे सोच रही सी की गल कर दे हो मार छड़ोगे असानू छड़ के किसे चाराने दे पीपी बारे सोच रहे हो मैं उस विच नहीं सोच रही शंटी जी किस विच सोच रहे हो शंटी जी पीपी ने बड़ी उम्मीदा नाल बड़े चा नाल एक कैसेट रिकॉर्ड कीती
एक चोर ने उदा सब कुछ बर्बाद कर देता। की कहानी पा रहे हो, केड़ा चोर, केड़ा पीपी, केड़ी कैसेट, समझाओ ना मेनू। ओ पीपी है ना, उस पीपी ने अपनी जमीन जायदाद सब कुछ बेच के एक कैसेट रिकॉर्ड करवाई सी, जिन्हों मेरे डैडी ने रिलीज करना सीगा। लेकिन एक चोर ने उदी कंप्यूटर ड्राइव चोरी कर ली। उस ड्राइव विच होर कलाकारां दे नाल नाल पीपी दे भी गाने सन। उस दिन तो बेचारा पागल हो गया। ओ जल्दी चलो, सी रीडिंग दा होना। धीरे ब्रावो दा, चलो 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 चलो। सेंटी, तुसी मेरे डैडी नूं किथे लेके जा रहे हो? तुसी की कीता उहनां नाल? मनी मेरी गल ते सुनना। मैं कुछ नहीं सुनना, तुसी मेरे नाल धोखा कीता। मैं की समझा ते तू की निकलिया? मैं विश्वासघात नहीं कर सकता मनी, मेरी गल ते सुन ले तू प्लीज। मैं कुछ नहीं सुनना चाहती सेंटी, दफा हो जा मेरे घर तो, निकल जाओ प्लीज। भाई साहब गन चल जाती है, प्लीज मनी प्लीज। नहीं हो सकता केकर सिंह, नहीं हो सकता। की हो गया शंटू? केकर सिंह असानू गोली मार छड़ी है। ओए केड़ी गोली आ, जिदे नाल खून नहीं निकलता, पिपला मैंट दी होनी है। मजाक दी गल नहीं केकर सिंह, मनी ने असानू सुपने दे विच गोली मार छड़ी है। उसनू सब कुछ पता लग गया कि असी कौन आ, की काम आए आ, ते सीढ़ी टपट दे नाल रले होए आ। ਇਹਦੇ ਚ ਕਿਹੜੀ ਗੱਲ ਆ, ਉਹ ਤਾਂ ਪਤਾ ਹੀ ਆਪਾਂ ਨੂੰ ਵੀ ਅਸੀਂ ਫੌਜੀ ਨੂੰ ਚੱਕਣ ਆਏ ਆ, ਤੇਰੀ ਮਨੀ ਕੋਲੋਂ ਕੋਈ ਕਰੈਕਟਰ ਸਰਟੀਫਿਕੇਟ ਲੈਣ ਨਹੀਂ ਆਏ। ਵੀਰ ਜੀ ਸਰਟੀਫਿਕੇਟ ਦੀ ਗੱਲ ਨਹੀਂ, ਮੈਂ ਤੇ ਕਹਿੰਦਾ ਕਿਉਂ ਆਪਾਂ ਭੋਲੇ ਵਾਲੇ ਲੋਕਾਂ ਨੂੰ ਧੋਖਾ ਦੇ ਰਹੇ ਆ, ਕਿਉਂ ਧੋਖੇ ਵਿੱਚ ਰੱਖਦੇ ਆ। ਸਿੱਧੇ ਸਾਦੇ ਰਸਤੇ ਚੱਲੀਏ ਤੇ ਫੌਜੀ ਸਾਹਿਬ ਤੋਂ ਮਾਫੀ ਮੰਗ ਲਈਏ ਜਾ ਕੇ। ਓਏ ਜਾ ਕੰਮ ਕਰ ਆਪਣਾ। ਸ਼ੈਨ ਜੀ ਠੀਕ ਕਹਿੰਦੀ ਹੈਗੀ ਯਾਰ, ਕੀਕਰ ਸਿੰਘ ਕੀ ਰੱਖੇ ਮਾਰੇ ਕੰਮਾਂ ਵਿੱਚ ਯਾਰ। ਓਏ ਕਿੱਥੇ ਗਈ ਹੋ ਤੇਰੀ ਏਕ ਉਂਗਲੀ ਨੇਕ ਉਂਗਲੀ? ਸਾਲਿਓ ਜਨਾਨੀਆਂ ਮਗਰ ਲੱਗ ਕੇ ਹੁਣ ਤੁਸੀਂ ਕਿੱਕਰ ਸਿਓ ਨਾ ਸਾਹ ਛੱਡ ਰਹੇ ਹੋ। ਵੀਰ ਜੀ ਸਾਹ ਛੱਡਣ ਦੀ ਗੱਲ ਨਹੀਂ, ਮੈਂ ਤੇ ਸਿੱਧੇ ਸਾਦੇ ਰਸਤੇ ਦੇ ਚੱਲਣ ਦੀ ਗੱਲ ਕਰ ਰਿਹਾ, ਉਹ ਵੀ ਇੱਕ ਸਾਥ ਚੱਲਦੇ ਆ ਉਹਨਾਂ ਕੋਲੋਂ ਜਾ ਕੇ ਬੁੱਲ ਬਖਸ਼ਾ ਲੈਨੇ ਆ ਜਾ ਕੇ। ਕਿੱਥੇ ਵਾਹ ਪੈ ਗਿਆ ਸਾਲੀ ਮੋਕ ਮਾਰ ਜਾਤ ਦੇ ਨਾਲ। ਤੁਸੀਂ ਮੇਰਾ ਸਾਥ ਦੇਣਾ ਦੋ, ਨਹੀਂ ਦੇਣਾ ਨਾ ਦੋ। ਮੈਂ ਸੀੜੀ ਨੂੰ ਜ਼ੁਬਾਨ ਦਿੱਤੀ ਆ, ਮੈਂ ਵੇਖਦਾ ਉਹਦਾ ਕੰਮ ਕਰਨ ਤੋਂ ਮੈਨੂੰ ਕੌਣ ਰੋਕਦਾ। ਕਿੱਕਰ ਸਿੰਘ ਕਿਉਂ ਜਾਂਦੀ ਹੈਗੀ ਯਾਰ? ਇਸ ਵਿੱਚ ਘਬਰਾਉਣ ਦੀ ਕੀ ਜ਼ਰੂਰਤ ਹੈ? ਮਾਰਨਿੰਗ ਵਾਕ ਤੇ ਗਏ ਹੋਣੇ ਨਾ? ਉਹ ਬਿਨਾਂ ਦੱਸੇ ਕਦੇ ਕਿਤੇ ਨਹੀਂ ਜਾਂਦੇ ਸ਼ੈਂਟੀ, ਉਹਨਾਂ ਦੇ ਕਮਰੇ ਦਾ ਸਾਰਾ ਸਮਾਨ ਖਿਲ ਰਿਹਾ ਪਿਆ। ਸੁਨਹਿਰੀ ਜਾਂ ਤੂੰ ਗਾਰਡਨ ਵਿੱਚ ਦੇਖ ਕੇ ਫੌਜੀ ਸਾਹਿਬ ਨੂੰ, ਕਿਤੇ ਉਹ 6-7 ਪਾਣੀ ਨਾ ਦਿੰਦੇ ਹੋਣ, ਪਾਣੀ ਛਿੜਕ ਰਹੇ ਹੋਣਗੇ ਉੱਥੇ। ਸ਼ੈਰੀ ਅੰਕਲ ਕਿੱਥੇ ਨੇ? ਕਿਹੜੀ ਅੰਕਲ? ਕਿਰਪਾਲ ਸਿੰਘ ਜੀ। ਬਸ ਰਾਮੂ, ਅਸਾਂ ਨੇ ਹੋਰ ਝੂਠ ਨਹੀਂ ਬੋਲਣਾ। ਮਨੀ ਮਨੀ ਅਸਾਂ ਨੇ ਤੇਰੇ ਨਾਲ ਗੱਲ ਕਰਨੀ ਹੈ, ਮਨੀ ਅਸਾਂ ਨੂੰ ਮਾਫ਼ ਕਰ ਦੇ। ਦੇਖ ਧਿਆਨ ਨਾਲ ਸੁਣ ਲਈ, ਠੰਡੇ ਦਿਮਾਗ ਨਾਲ ਸੁਣ ਲਈ ਗੱਲ ਅਸਾਂ ਦੀ। ਮਨੀ ਦਰਅਸਲ ਉਹ ਅੰਕਲ ਨਹੀਂ, ਤੇ ਨਾ ਹੀ ਮੈਂ UK ਵਾਲਾ ਸ਼ੈਂਟੀ ਆ, ਤੇ ਮੈਂ ਵੀ ਸ਼ੈਰੀ ਨਹੀਂ ਹੈਗੀ, ਮੇਰੀ ਨਾਂ ਵੀ ਰਾਮੂ ਹੈਗੀ। ਉਹ ਅੰਕਲ ਅਸਾਂ ਦਾ ਤੀਸਰਾ ਸਾਥੀ ਕਿੱਕਰ ਸਿੰਘ ਹੈ। ਰਾਮੂ, ਕਿੱਕਰ ਸਿੰਘ, ਸ਼ੈਂਟੀ UK ਵਾਲਾ, ਮੈਨੂੰ ਕੋਈ ਸਮਝ ਨਹੀਂ ਆ ਰਿਹਾ। ਅਸੀਂ ਤਿੰਨੋਂ ਥਾਣੇ ਵਿੱਚ ਭਜੇ ਮੁਜਰਮ ਹੈਗੀ, ਪਰ ਸਾਡੀ ਕਸੂਰ ਕੋਈ ਨਹੀਂ ਹੈਗੀ। ਮਨੀ ਦਰਅਸਲ ਅਸੀਂ ਤਿੰਨੋਂ ਜਾਣੇ ਨਾ ਇੱਕ ਹਵਾਲਾਤ ਦੀ ਕੋਠੜੀ ਦੇ ਵਿੱਚ ਬੰਦ ਸਾਂ। ਉਸੇ ਕੋਠੜੀ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਮੁਜਰਮ CD ਇੱਟਾ ਪੁੱਟ ਮੌਜੂਦ ਸੀ। CD ਚੰਦਨ ਦਾਸ, ਜੋ ਪਾਇਰੇਸੀ ਦਾ ਧੰਦਾ ਕਰਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ? ਉਸੇ ਨੇ ਤਾਂ ਡੈਡੀ ਦੀ ਡਰਾਈਵ ਚਲਾਈ ਸੀ। ਉਸੇ ਹਰਾਮਜ਼ਾਦੇ ਨੇ ਤਾਂ ਸਾਡੀ ਡਿਊਟੀ ਲਗਾਈ ਸੀ ਤੁਸਾਂ ਦੇ ਡੈਡੀ ਨੂੰ ਕਿਡਨੈਪ ਕਰਨ ਦੀ। ਅਸੀਂ ਬਹਿਰੂਪੀਏ ਬਣ ਕੇ ਆਏ ਸਾਂ ਇੱਥੇ। ਉਹ ਤੁਹਾਡਾ ਤੀਜਾ ਬਹਿਰੂਪੀਆ ਕਿੱਥੇ ਹੈ? ਤੀਜਾ ਬਹਿਰੂਪੀਆ ਕਿੱਕਰ ਸਿੰਘ? ਦਰਅਸਲ ਮਨੀ ਗੱਲ ਇਹ ਵੇ ਕਿ ਕੱਲ੍ਹ ਜਦ ਤੁਸਾਂ ਨੇ ਸਾਨੂੰ ਪੀਪੀ ਬਾਰੇ ਦੱਸਿਆ ਨਾ ਕਿ ਉਸ ਨਾਲ ਕੀ ਹੋਈਏ ਕੀ ਬੀਤੀਏ, ਤੇ ਅਸਾਂ ਦਾ ਮਨ ਭਾਵਕ ਹੋ ਗਿਆ। ਸਾਰੀ ਰਾਤ ਮੈਂ ਬੇਚੈਨ ਰਿਹਾ ਮਨੀ, ਮੈਨੂੰ ਨੀਂਦ ਨਹੀਂ ਆਈ। ਰਾਮੂ ਜਾਣਦਾ ਏ, ਮੈਂ ਇਹਨਾਂ ਦੇ ਸਾਹਮਣੇ ਕਿਹਾ ਆਪਾਂ ਸਹੀ ਰਾਹ ਤੇ ਆ ਜਾਂਦੇ ਹਾਂ, ਫੌਜੀ ਸਾਹਿਬ ਤੋਂ ਮਾਫ਼ੀ ਮੰਗ ਲੈਂਦੇ ਹਾਂ। ਪਰ ਕਿੱਕਰ ਸਿੰਘ, ਤੇਰੇ ਡੈਡੀ ਨੂੰ ਕਿਡਨੈਪ ਕਰਕੇ ਲੈ ਗਈ ਹੈਗੀ। ਦੇਖ
देख मनी असानु एक बार पश्चाताप करना मौका दे। जे तू असानु रत्ती भर भी प्यार कर दिए ना ते असा दे यकीन कर मैं तुसा दे डैडी नु जरूर वापस लेके आवांगा। किकर सिंह तुसा दे डैडी नु किडनैप करके लै गया। किकर सिंह ने असा दी दोस्ती वेखी है दुश्मनी नहीं वेखी। किकर सिंह असी आ रही है की ओए सीरी डरवा निकल बाहर पड़े अपने माशा ओए असा फादर इल्ला नु किडनैप करके लेके आया ओए हुन मैं तेनु ताला भी कवाड़े ओए किकर सिंह तू यार मार कीती है ओए सीरी डरवा शेटी अपनी मनी दे लई जान भी दे सकदा ओए ओ किकर सिंह आज साले तेनु कुट कुट के तेरा दाता ना कीती ते सड़ा ना भी रामू नहीं है तू आज बड़ा चीड़ी ईटा मुड़ ना रलिया फिरती बाहर निकला के मारी दूर बिताई और चीड़ी ईटा मुड़ ओए चमकिया ओए चमकिया। हां जी कत्थे मर गया सी ओए मटका चौक च धरना लाउण गए हो ने गोली मार दे जी की बकवास करी जाना की होया तेनू पहला आप ही फौजी साहब चुके लै गए फिर पुछदे की होया की कहा फौजी साहब नूं चुके लै गए फौजा सिंह मैनू हार्ड ड्राइव दा पासवर्ड चाहिदा। फौजा सिंह मरनी मर जाओ पर तेनू कदे पासवर्ड नहीं दऊ और क्योंकि उस हार्ड ड्राइव दे विच कलाकारां दी मेहनत ते कलाकारां दे अरमान और सपने सजाए हुए ने मैं उन्हां सपनियां दा कदे कतल नहीं होण दऊंगा कोई शक। की हाल आई है पीछे हट बदी बदी समय लांदी पई है ब्रश कर लेकर सिर दे बाल देख शैंपू कर लेकर कमीले शिक्का मार दे रहना जुकाम दी दवाई ले ले ईटा पुट सानू खोल के दा वेख तेरे सारे एंटीने ना पान दिते ता जे अपनी जाई दा दूध पीता ना ता सानू खोल के वेख असां दे फादर इन लॉ नु बन रखे ना कसम मनी दी जे तू खोल देवे ना ते मैं खून दी नदियां वहा देवांगा। शेंटी दे गुस्से नु नहीं जानदा तू ओए मूर्ख कमीने अपनी शक्ल ते वेख ओए अपनी वर्कशॉप दे विच ता हर एक मिस्त्री इंजीनियर हुंदा है हाथ ला के वेख असां नु तू बच्चारी कुटन जो गए किसे बराबर दे ना पंगा लेके वेख फिर पता लगेगा तेनु कमीने ओए नु के मार दा तू मेरे ना पंगा लगे दे चंदन दास ओ दिन गए के शीशा तड़किया ते गया अमली झड़किया ते गया। आजा किकर सिंह आजा आजा किकर सिंह तू भी अपना शौक पूरा कर ले पहले ही बहुत टॉर्चर हो चुका है तू भी मार तू ही साडी दुश्मन बने फिरती ओ केड़ी जान दा बदला ले ले किकर सिंह साडे कोलो ओ यार रामू ते शंटू ओए तुसी की सोचिया के किकर थोड़े नाल गदारी करके ओए जे किकर दे बिक दे सक भी यारां दे काम आ जान ता किकर मुंह चो उफ तक नहीं करेगा पर मैनू दुख ता इस गल दा के तुसी मेरे ते छक मेरे ते छक कीता और राती लड़के मैं छत ते की पै गया की समझा मैं पहुंच नहीं सक के लै गया चंगा इत्थे केरा बरात आई होगी यार खोल लड़ाई भी करनी है ओ बरावा हुण सारी समझ आ गई है क्यों शर्मिंदा करदा है सानू तेरे ना तो मैं बाद विच सजांगा सीडी टापुट पहला मैं अपने फादर इन लॉ नु हाउस विच ले आवां डैडी जी दार जी फादर इन लॉ सब होश विच आओ मनी दे पापा बेटा शेंटी शैरी मैं इना नू नहीं पछाणिया पछाणिया ता तू इना नू भी नहीं फौजा सिंह पछाणदा भी किवें
ਇਹ ਨੇ ਕਿੱਕਰ ਸਿੰਘ ਔਰ ਕਿਰਪਾਲ ਸਿੰਘ ਕਿਲਿਆਂ ਵਾਲੇ। ਸ਼ੈਂਟੀ, ਰਾਮੂ, ਇਹ ਸਾਰੇ ਮੇਰੀ ਥਾਲੀ ਦੇ ਚੱਡੇ ਵੱਡੇ ਹੈ। ਮੇਰੇ ਇਸ਼ਾਰੇ ਤੇ ਇਹ ਤੈਨੂੰ ਤੇਰੇ ਘਰੋਂ ਚੁੱਕਣ ਗਏ ਸੀ। ਇਸ ਦਾ ਮਤਲਬ ਤੁਸੀਂ ਸਾਊਥ ਹਾਲ ਤੋਂ ਨਹੀਂ ਸਾਹਨੇਵਾਲ ਤੋਂ? ਸਾਹਨੇਵਾਲ ਤੋਂ ਮੇਰੇ ਬੰਦੇ। ਚੰਦਨ ਦਾਸ, ਤੇਰੇ ਬੰਦੇ ਅਸੀਂ ਕਿਸੇ ਵਕਤ ਸੀ ਪਰ ਹੁਣ ਨਹੀਂ, ਕਿਉਂਕਿ ਜਿਸ ਦਿਨ ਦਾ ਅਸੀਂ ਫੌਜਾ ਸਿੰਘ ਦੇ ਘਰੋਂ ਨਮਕ ਖਾਧਾ, ਸਾਡੀ ਜ਼ਮੀਰ ਨੇ ਸਾਡੀ ਸੁੱਤੀ ਗੈਰਤ ਨੂੰ ਜਗਾਉਣਾ ਸ਼ੁਰੂ ਕਰਤਾ ਸੀ। ਹੁਣ ਅਸੀਂ ਤੇਰੇ ਬੰਦੇ ਨਹੀਂ ਹੈਗੀ, ਹੁਣ ਅਸੀਂ ਫੌਜਾ ਸਿੰਘ ਦੇ ਬੰਦੇ ਹੈਗੀ। ਡੈਡੀ ਜੀ, ਮਨੀ ਦੇ ਡੈਡੀ ਜੀ, ਮੇਰੇ ਪਾਪਾ ਜੀ, ਤੁਹਾਨੂੰ ਬਾਅਦ ਵਿੱਚ ਸਮਝਾ ਦਾਂਗੇ ਸਭ ਕੁਝ, ਹੁਣ ਮਾਫ ਕਰ ਦਿਓ। ਕਿਕਰ ਸਿੰਘ, ਪਕੜ ਲੈ ਇਸ ਨੂੰ, ਪਕੜ ਲੈ ਇਸ ਤੇਰੇ ਤੋਂ ਉੱਤੇ ਪੱਟਾ ਵੱਜ ਲੈ। ਆਓ ਆਓ ਜੀ, ਆ ਜਾ ਜਲਦੀ। ਸ਼ੀ ਭਾਈ, ਛੋੜੋ ਛੋੜੋ, ਫੈਸਲਾ ਹੋ ਜਾਂਦਾ ਹੈ, ਮੁਕਾਬਲਾ ਸ਼ੁਰੂ ਕਰ ਦਿਓ। ਬਹੁਤ ਅੱਛੇ, ਇਹਨੂੰ ਕਹਿੰਦੇ ਹਨ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। ਜੇ ਮੈਂ ਤੁਹਾਡਾ ਕਦੂ ਕਰਕੇ ਚੋਣਾਂ ਨਾ ਲਾਈ ਤਾਂ ਮੇਰਾ ਨਾਮ ਵੀ ਰਾਮੂ ਨਹੀਂ ਹੈਗੀ। ਇੱਕ ਮਿੰਟ ਰੁਕੋ ਰੁਕੋ ਰੁਕੋ, ਕਦੀ ਚੋਣਾਂ ਲਗਾਈ ਤੁਸੀਂ? ਸਿੱਖ ਨਹੀਂ ਹੈਗੀ, ਫਿਰ ਕੋਡੀ ਹੋ। ਸੱਪ ਦਾ ਜ਼ਹਿਰ ਤੇ ਅਮਲੀ ਦਾ ਵੈਰ ਇੱਕ ਬਰਾਬਰ ਹੈ, ਇੱਕ ਬਰਾਬਰ ਹੈ, ਇੱਕ ਬਰਾਬਰ ਹੈ। ਅੰਨੇ ਦਾ ਜੱਫਾ ਤੇ ਅਮਲੀ ਦਾ ਤੱਫਾ ਇੱਕ ਬਰਾਬਰ ਹੈ, ਇੱਕ ਬਰਾਬਰ ਹੈ। ਇੱਕ ਮਿੰਟ ਰੁਕੋ ਰੁਕੋ ਰੁਕੋ, ਕਦੀ ਟੋਲ ਕੀ ਵਜਾਈ ਹੈਗੀ? ਸਿੱਖ ਨਹੀਂ ਹੈਗੀ, ਕਿਦਾਂ ਵੱਜਦੀ ਹੈ? ਇਦਾਂ ਵੱਜਦੀ ਹੈਗੀ। ਕਿੱਧਰ ਗਿਆ ਉਹ? ਖੜ ਜਾ ਤਰ ਮੈਂ। ਕਿਕਰ ਸਿੰਘ, ਕਿਕਰ ਸਿੰਘ, ਉਹ ਮੈਂ ਕਿਕਰ ਨੂੰ ਬੁਲਾਉਂਦਾ ਪਿਆ, ਤੂੰ ਪਿੰਪਲ ਬਣ ਗਿਆ। ਉਹ ਪਾਲ ਲਿਆ, ਤੈਨੂੰ ਕਿੱਦਾਂ ਪਾਲ ਲਿਆ, ਹੱਥ ਤੋੜ ਛੱਡਿਆ ਸਾਲਿਆ। ਸਾਨੂੰ ਤੇ ਮੈਂ ਲੈਣ ਆਇਆ ਸਾਂ, ਚਲੋ ਮੇਰੇ ਨਾਲ। ਚਲੋ ਖੋਲ ਕੇ ਲੈ ਚੱਲਦਾ ਮੈਂ, ਭਾਰੀ ਬਹੁਤ। ਚਲੋ ਚਲੋ ਮੇਰੇ ਨਾਲ ਭੱਜ, ਚਲੋ ਚਲੋ। ਇਟਾਪੁਰ ਦੇ ਚਮਚੋ, ਇਟਾਪੁਰ ਦੇ ਪੌਂਦੇ ਬੜੀ ਬਦਮਾਸ਼ ਬਣੀ ਫਿਰਦੀ ਸੀ। ਚਲੋ ਉੱਠੋ। ਮਨੀ ਬੇਟਾ, ਕਿੱਕਰ ਕਿੱਥੇ ਰਹਿ ਗਈ ਯਾਰ? ਮੈਂ ਠੀਕ ਹਾਂ ਬੇਟਾ। ਪਰੇਟਰਾ, ਪਹਿਲਾਂ ਮੈਂ ਤੇਰੇ ਐਂਟੀ ਨਹੀਂ ਭੰਨਾ। ਕੱਢ ਫੌਜੀ ਦੀ ਹਾਰਡ ਡਿਸਕ ਕਿੱਥੇ ਆ, ਜਲਦੀ ਕੱਢ ਕੱਢ ਕੱਢ, ਪਹਿਲਾਂ ਕੱਢ। ਚੱਲ ਚੱਲ। ਓਕੇ ਕਰ ਸਿੰਘ, ਲੈ ਆ। ਇਸੇ ਲਈ ਗਿਆ ਆ ਖੜਿਆ, ਤੇਰੇ ਪਤੰਦਰ ਤੈਨੂੰ ਲੈਣ ਆਏ ਨੇ। ਠੀਕ ਹੈ, ਆ ਸੰਭੋ ਆਪਣਾ ਮੁਲਜ਼ਮ, ਇਹ ਆ ਫੜੋ। ਹਾਏ, ਆ ਕੀ ਹੁੰਦਾ? ਹਾਂ ਫੌਜਾ ਸਿੰਘ ਜੀ, ਇਹ ਆ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ, ਤੁਹਾਡੀ ਅਮਾਨਤ, ਹਾਰਡ ਡਿਸਕ। ਸ਼ਾਬਾਸ਼ ਮੇਰੇ ਸ਼ੇਰ ਬੱਗਿਓ, ਸ਼ਾਬਾਸ਼, ਮਨ ਖੁਸ਼ ਹੋਇਆ। ਹੁਣ ਤੂੰ ਇਹਦੇ ਵੱਲ ਕਿੱਦਾਂ ਕੂਰ ਕੂਰ ਕੇ ਦੇਖਦੀ ਹੈਗੀ ਸੀਡੀ, ਹੁਣ ਤਾਂ ਤੇਰੀਆਂ ਸਾਰੀਆਂ ਇੱਟਾਂ ਪਾਣੀ ਕੇ ਸੀ ਰੋੜੀ ਬਣਾ ਦਿੱਤੀ ਹੈਗੀ ਤੇਰੀ। ਤੁਸੀਂ ਕੀ ਸਮਝਦੇ ਹੋ, ਇੱਕ ਸੀਡੀ ਇੱਟਾ ਪੁੱਟ ਨੂੰ ਗ੍ਰਿਫਤਾਰ ਕਰਕੇ ਤੁਸੀਂ ਪਰੇਸੀ ਖਤਮ ਕਰ ਲਈ? ਨਹੀਂ ਓਏ, ਜੇ ਤੇਰੀ ਕੁੱਤੇ ਖਾਨੀ ਤੇ ਦੁਰਦਸ਼ਾ ਵੇਖ ਕੇ ਜੇ ਇੰਡੀਆ ਦਾ ਇੱਕ ਵੀ ਪਾਇਰੇਟ ਸੁਧਰ ਜਾਵੇ ਨਾ, ਤੇ ਅਸੀਂ ਸਮਝਾਂਗੇ ਸਾਡਾ ਮਿਸ਼ਨ ਕਾਮਯਾਬ ਹੋ ਗਿਆ ਹੈ। ਲੈ ਜਾਓ ਇਹਨੂੰ। ਇੱਕ ਮਿੰਟ ਥਾਣੇਦਾਰ ਸਾਹਿਬ, ਸਾਨੂੰ ਵੀ ਨਾਲ ਲੈ ਕੇ ਚੱਲੋ, ਕਿਉਂਕਿ ਕੁਝ ਸਜ਼ਾ ਦੇ ਹੱਕਦਾਰ ਤੇ ਅਸੀਂ ਵੀ ਹਾਂ। ਆ ਸਾਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਨਹੀਂ ਥਾਣੇਦਾਰ ਸਾਹਿਬ, ਇਹਨਾਂ ਨੂੰ ਮੁਜਰਮ ਨਹੀਂ ਕਿਹਾ ਜਾ ਸਕਦਾ, ਅਲਬਤਾ ਇਹਨਾਂ ਨੂੰ ਲਾਈ ਲੱਗ ਜ਼ਰੂਰ ਕਿਹਾ ਜਾ ਸਕਦਾ। ਮੈਂ ਅੱਖਾਂ ਬੰਦ ਕਰਕੇ ਇਹਨਾਂ ਦੀ ਜ਼ਮਾਨਤ ਦੇਣ ਲਈ ਤਿਆਰ ਹਾਂ। ਕਾਨੂੰਨ ਦੀਆਂ ਨਜ਼ਰਾਂ 'ਚ ਚਾਹੇ ਕੁਝ ਵੀ ਸਜ਼ਾ ਦੇ ਹੱਕਦਾਰ ਹੋਣ, ਪਰ ਮੇਰੀਆਂ ਨਜ਼ਰਾਂ ਵਿੱਚ ਇਹ ਉਮਰ ਕੈਦ ਦੇ ਹੱਕਦਾਰ ਨੇ। ਮਾਨੀ ਬੇਟੇ, ਸ਼ੈਂਟੀ ਬੇਟੇ, ਸੁਨਹਿਰੀ ਬੇਟੇ,
मिस्टर शेरी। शेरी नहीं जी, रामू हैगी मेरी ना। चाहे कुछ भी है, इसनू मेरी सर्वेंट ना समझना, ये ते मेरी बेटी समान है। जट जटां दे ते भोलू नारायण दा, चंगा भी मित्रो ज्योंदे बसदे रहो। किकर सिंह। फौजा सिंह जी, शीशा तड़किया ते गया, आमली झड़किया ते गया। नहीं किकर सिंह, तू झिड़कदा हकदार नहीं, तू ता प्यार सत्कार मोहब्बत दा पात्र है, अलग छाती नाल। आज तो बाद तू इस घर दा मेंबर ही नहीं, बल्कि एफ सीरीज कंपनी दा बराबर दा हकदार है। कोई शक? मेनू शक हैगी। केडी कैस्टां दी पायरेसी ते नहीं होएगी कमलिया? कदे केडीपी भी सुधरे आ? केडीपी दा मतलब कुत्ते दी पूंछ। ओ अजे भी पायरेसी करनगे, बल्कि साडी इस फिल्म दी भी पायरेसी करनगे, नाले आपस विच गल्लां करनगे कि मेरे साले दी ऐतकी साडे ते ही लांगे। ਸਾਈਕਲ ਪੈਡ ਤੇ ਲਾ ਕੇ ਹੱਥ ਕੱਢੀ ਨਹੀਂ ਕਰ। ਬ੍ਰਦਰ ਬ੍ਰਦਰ ਨਾਲ ਮੰਗਾ ਮੰਗਦੇ ਆ ਭਾਈ, ਤੋੜ ਲਿਆ ਲੱਗਦਾ। ਨਹੀਂ ਨਹੀਂ ਬਾਕੀ ਹੈ ਨਾ, ਨੌਕਰੀ ਨਹੀਂ ਬਣਦੀ। ਅਰੇ ਫੌਜੀ ਬਣਦੀ ਚੋ ਕੀ ਰੱਖਿਆ ਥਾਣੇ ਦਾ? ਜੀ ਸਾਹਿਬ ਕਹਿਣਾ ਹੁਣ ਘੱਟਾ ਹੋ ਗਿਆ। ਓ ਯਾਰ ਮੇਰਾ ਨਾਮ ਹੈ ਕਿ ਯਾਰ ਕਹਿੰਦੇ ਕੀ ਖੜਕਾ ਜਾ ਕਿ ਤੋ ਸਾਰਾ ਧਿਆਨ ਰੱਖਦਾ। ਜਲਦੀ ਕੱਢ। ਮਾਰਿਆ